दतार सिंह जी, धन्यवाद तुहाडा, तुसीं सानूं फिर ज्वाइन कीता है अज दे इंटरव्यू वास्ते। बहुत बहुत शुक्रिया तुहाडा दतार सिंह जी। थैंक यू सर, थैंक यू। तुसी लेट कीता, साडे वालों तां रोज आया करो। बहुत बहुत शुक्रिया, बहुत बहुत शुक्रिया। अपने ऑडियंस नूं दसन मैं असीं दस दईए कि असीं दतार सिंह दा पहले भी इंटरव्यू लिया सी, उह इनफॉर्मेशन असीं इस वैब पेज ते तुहानूं दे दांगे लिंक उस वैब उस इंटरव्यू दा। ते उस इंटरव्यू विच दतार सिंह जी ने बड़ा जबरदस्त सानूं दस्सिया जिस तरीके नाल किसान अंदोलन हो रहा है। दतार सिंह जिहड़े ने उह खुद भी किरती किसान यूनियन दे प्रधान ने पंजाब दे, ते ਉਹ ਇਸ ਮੂਵਮੈਂਟ ਨਾਲ ਜੁੜੇ ਨੇ ਜਦੋਂ ਤੱਕ ਜਦੋਂ ਕਿਸਾਨ ਬਾਹਰ ਨਿਕਲੇ ਸੀ ਤਿੰਨ ਕਾਲੇ ਕਾਨੂੰਨ ਦੇ ਖਿਲਾਫ ਮੋਦੀ ਨੇ ਜਿਹੜੇ ਪਾਸ ਕੀਤੇ ਸੀ ਪਾਰਲੀਮੈਂਟ ਦੇ ਉਹਨਾਂ ਦੇ ਖਿਲਾਫ, ਤੇ ਹੁਣ ਦਤਾਰ ਸਿੰਘ ਨਾਲ ਅਸੀਂ ਦੁਬਾਰਾ ਹਮ ਕਲਾਮ ਹੋ ਰਹੇ ਹਾਂ ਤੇ ਦੁਬਾਰਾ ਇਹਨਾਂ ਨੂੰ ਸਵਾਲ ਪੁੱਛਾਂਗੇ। ਦਤਾਰ ਸਿੰਘ ਜੀ, ਤੁਸੀਂ ਦੱਸੋ ਜ਼ਰਾ ਹੁਣ ਕੀ ਕਰੰਟ ਸਿਚੁਏਸ਼ਨ ਚੱਲ ਰਹੀ ਹੈ, ਫਾਰਮਰਸ ਦੀ ਜਿਹੜੀ ਪ੍ਰੋਟੈਸਟ ਹੋ ਰਹੇ ਹੈ, ਮੂਵਮੈਂਟ ਹੋ ਰਹੀ ਹੈ, ਲੇਟੈਸਟ ਕੀ ਸਿਚੁਏਸ਼ਨ ਚੱਲ ਰਹੀ ਹੈ ਇਸ ਟਾਈਮ ਕਿਸਾਨਾਂ ਦੀ? ਇਸ ਤਰ੍ਹਾਂ ਜੀ ਕਿ ਜਿੱਦਾਂ ਕੋਈ ਵੀ ਘੋੜ ਲੰਮਾ ਹੋਵੇ ਉਹਦੇ 'ਚ ਤਰਾਅ ਚੜਾ ਆਉਂਦੇ ਆ, ਕਦੀ ਉਹ ਉੱਪਰ ਜਾਂਦਾ, ਕਈ ਵਾਰੀ ਕੋਈ ਸਿਚੁਏਸ਼ਨ ਇੱਦਾਂ ਆਉਂਦੀ ਹੈ ਥੋੜਾ ਥੱਲੇ ਚਲੇ ਜਾਂਦਾ ਫਿਰ ਉੱਪਰ ਜਾਂਦਾ। ਤੋ ਇਸੇ ਤਰ੍ਹਾਂ ਹੀ ਸਾਡੇ ਅੰਦੋਲਨ ਨਾਲ ਹੋਇਆ ਕਿ 26 ਜਨਵਰੀ ਤੱਕ ਇਹ ਪੂਰੀ ਪੀਕ 'ਤੇ ਸੀ ਅਤੇ 26 ਜਨਵਰੀ ਨੂੰ ਗੌਰਮੈਂਟ ਨੇ ਜਿਹੜੀ ਇੱਕ ਜਥੇਬੰਦੀ ਨਾਲ ਰਲ ਕੇ ਅਤੇ ਕੁਝ ਖਾਲਿਸਤਾਨੀ ਪੱਖੀ ਤੱਤਾਂ ਨਾਲ ਰਲ ਕੇ ਤਾਂ ਜਿਹੜਾ ਮੂਵਮੈਂਟ ਨੂੰ ਗਲਤ ਮੋੜਾ ਦਿੱਤਾ ਕਿ ਲਾਲ ਕਿਲੇ ਦੇ ਉੱਤੇ ਜਿਹੜੇ ਪਿੰਡਾਂ ਦੇ ਅਣਜਾਣ ਨੌਜਵਾਨ ਸੀ ਜਿਹਨਾਂ ਨੂੰ ਸਮਝ ਨਹੀਂ ਸੀ ਤੇ ਉਧਰ ਨੂੰ ਮੁੜ ਗਏ, ਉਹਨਾਂ ਨੂੰ ਮੋੜ ਦੇ ਵਿੱਚ ਵੀ ਪੁਲਿਸ ਨੇ ਕਾਫੀ ਰੋਲ ਅਦਾ ਕੀਤਾ ਤੇ ਉਹ ਜਦ ਉਹਨਾਂ ਨੇ ਸਾਰਾ ਕੁਛ ਕਰ ਲਿਆ ਉਹਨਾਂ ਨੂੰ ਬਾਅਦ ਸਮਝ ਆਈ ਕਿ ਕੁਛ ਗਲਤ ਹੋ ਗਿਆ ਸਾਡੇ ਕੋਲੋਂ। ਪਰ ਉਹਨਾਂ ਚਿਰ ਨੂੰ ਇਹ ਜਿਹੜੀ ਸਰਕਾਰ ਸੀ ਬੀਜੇਪੀ ਦੀ ਮੋਦੀ ਦੀ, ਉਹਨੇ ਫਟਾਫਟ ਅਲਾਓ ਕੀਤਾ ਕਿ ਝੰਡਾ ਚੜ੍ਹ ਜਾਏ ਤੇ ਜਿਹੜਾ ਜਿਹਨੇ ਝੰਡਾ ਚੜ੍ਹਾਇਆ ਉੱਥੇ ਉਹਨੇ ਇੰਟਰਵਿਊ ਵੀ ਦਿੱਤੀ ਟੀਵੀ ਤੇ ਕਿ ਸਾਨੂੰ ਪੁਲਿਸ ਨੇ ਕਿਹਾ ਅਸੀਂ 5 ਬੰਦੇ ਆ ਜਾਓ ਤੇ ਚੜ੍ਹਾ ਲਓ ਆਪਣਾ ਝੰਡਾ, ਤੇ ਜਦ ਚੜ੍ਹ ਗਿਆ ਤੇ ਫਿਰ ਸਾਰੀ ਦੁਨੀਆਂ ਨੂੰ ਦਿਖਾ ਤਾ ਕਿ ਦੇਖੋ ਇਹ ਕਿਸਾਨ ਨਹੀਂ ਹੈਗੇ, ਇਹ ਅੱਤਵਾਦੀ ਤੱਤ ਨੇ, ਤਾਂ ਇਹ ਕੋਈ ਕਿਸਾਨਾਂ ਦੇ ਮਸਲੇ ਦੀਆਂ ਲਈ ਨਹੀਂ ਆਏ, ਇਹ ਤਾਂ ਐਕਸਟ੍ਰੀਮਿਸਟ ਨੇ, ਤਾਂ ਇਹਨਾਂ ਨੇ ਇੱਕ ਧਰਮ ਦਾ ਝੰਡਾ ਲਹਿਰਾਇਆ। ਤਾਂ ਏਦਾਂ ਸਾਡੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਸਾਰਾ ਜ਼ੋਰ ਲਾ ਦਿੱਤਾ। ਪਰ ਉਹਦੇ 'ਚ ਸਾਨੂੰ ਇੱਕ ਸਫਲਤਾ ਮਿਲੀ ਕਿ ਦੇਸ਼ ਵਿਦੇਸ਼ ਦੇ ਲੋਕਾਂ ਨੇ ਸਾਡੀ ਅਪੀਲ ਤੋਂ ਬਿਨਾਂ ਹੀ ਸਮਝ ਲਿਆ ਕਿ ਇਹ ਗਿਣ ਮਿਣ ਕੇ ਇੱਕ ਸਾਜਿਸ਼ ਕੀਤੀ ਹੈ, ਸਰਕਾਰ ਦੀ ਸਾਜਿਸ਼ ਹੈ। ਉਹਦੇ ਨਾਲ ਪੰਜਾਬ, ਹਰਿਆਣਾ, ਯੂਪੀ ਦੇ ਬਾਕੀ ਸੂਬੇ ਦੇ ਸਾਰੇ ਦੇਸ਼ ਦੇ ਸਾਰੇ ਕਿਸਾਨਾਂ 'ਚ ਬੜਾ ਰੋਸ ਜਾਗਿਆ ਕਿ ਸਾਡੇ ਅੰਦੋਲਨ ਨਾਲ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਉਹਦੇ ਨਾਲ ਹੁਣ ਏਡੀ ਵੱਡੀ ਗਿਣਤੀ 'ਚ ਕਿਸਾਨ ਤਿਆਰ ਹੋਏ ਆ ਕਿ ਮੇਰਾ ਖਿਆਲ ਆ 1 ਜਾਂ 2 ਫਰਵਰੀ ਤੱਕ ਜਿਹੜੀ ਇੱਥੇ ਗੈਦਰਿੰਗ ਆ 26 ਜਨਵਰੀ ਤੋਂ ਵੀ ਵੱਧ ਜਾਏਗੀ। ਤਾਂ ਫਿਰ ਸਰਕਾਰ ਨੇ ਦੂਜੀ ਕੋਸ਼ਿਸ਼ ਕੀਤੀ ਕਿ ਜਿਹੜੇ ਕਮਜ਼ੋਰ ਹੈਗੇ ਨੇ ਧਰਨੇ, ਗਾਜ਼ੀਪੁਰ 1000 ਹੀ ਬੰਦਾ ਸੀ ਤਾਂ ਉਹਨੂੰ ਪੁਲਿਸ ਬਲ ਨਾਲ ਤੋੜ ਦਿੱਤਾ ਜਾਏ। ਤੋ ਜਦ ਪੁਲਿਸ ਉੱਥੇ ਗਈ ਤਾਂ ਜਿਹੜਾ ਉੱਥੇ ਟਕੈਤ ਲੀਡਰ ਹੈ ਕਿਸਾਨਾਂ ਦਾ ਯੂਪੀ ਦਾ, ਤਾਂ ਉਹਨੇ ਕਿਹਾ ਮੈਂ ਸੁਸਾਈਡ ਕਰ ਜੂ, ਮਰ ਜਾਊ ਪਰ ਮੈਂ ਗ੍ਰਿਫਤਾਰ ਨਹੀਂ ਹੋਣਾ। ਤਾਂ ਉਹ ਥੋੜਾ ਭਾਵੁਕ ਹੋ ਗਿਆ ਤੇ ਥੋੜਾ ਉਹਦਾ ਅੱਥਰੂ ਆ ਗਿਆ ਉਹਨੂੰ, ਤੇ ਉਹ ਲੋਕਾਂ ਨੇ ਇੰਨਾ ਫੀਲ ਕੀਤਾ ਕਿ ਰਾਤੋ ਰਾਤ ਹਜ਼ਾਰਾਂ ਕਿਸਾਨ ਦਿੱਲੀ ਦੇ, ਯੂਪੀ ਦੇ ਤੇ ਹਰਿਆਣੇ ਦੇ ਉੱਥੇ ਪਹੁੰਚ ਗਏ। ਤੇ ਉਹਨਾਂ ਦੇ ਪਹੁੰਚਣ ਨਾਲ ਇੰਨਾ ਬਲ ਮਿਲ ਗਿਆ ਘੋਲ ਨੂੰ ਕਿ ਇਹ ਦੁਬਾਰਾ ਆਪਣੀ ਪੀਕ ਵੱਲ ਨੂੰ ਵੱਧ ਰਿਹਾ ਜੀ। ਹੁਣ ਤਾਂ ਹੁਣੇ ਹੁਣੇ ਮੈਨੂੰ ਪਤਾ ਲੱਗਾ ਤੇ ਹੁਣੇ ਬੋਲ ਰਿਹਾ ਸੀ ਪ੍ਰਧਾਨ ਮੰਤਰੀ ਸਾਰੀ ਆਲ ਪਾਰਟੀ ਮੀਟਿੰਗ ਚ ਕਿ ਕਿਸਾਨ ਤੇ ਮੈਂ 1 ਟੈਲੀਫੋਨ ਦੂਰ ਹੈ, ਜਾਣੀ ਕਿ ਮੈਂ ਕਿਸਾਨਾਂ ਨੂੰ ਬੁਲਾ ਰਿਹਾ। ਤਾਂ ਇਕਦਮ ਹੀ ਕਈ ਵਾਰੀ ਘੋਲ ਦੇ ਵਿੱਚ ਜਿਹੜਾ ਝਟਕਾ ਲੱਗਦਾ ਉਹਨੂੰ ਸਮਝਣ ਲੱਗਿਆ ਚਿਰ ਲੱਗ ਜਾਂਦਾ, ਪਰ ਅਸੀਂ ਇਹ ਸਮਝ ਲਓ ਕਿ ਕੁਛ ਦਿਨਾਂ ਘੰਟਿਆਂ ਦੇ ਵਿੱਚ ਹੀ ਸੰਭਲ ਕੇ ਫਿਰ ਆਪਣੇ ਪੁਰਾਣੇ ਸਥਾਨ ਵੱਲ ਮੁੜ ਰਹੇ ਹਾਂ ਜੀ। ਦਤਾਰ ਸਿੰਘ ਜੀ, ਅਸੀਂ ਦੇਖਦੇ ਹਾਂ ਕਿ ਜਿਹੜਾ 26 ਜਨਵਰੀ ਦਾ ਵਾਕਿਆ ਹੋਇਆ ਹੈ ਜਿੱਥੇ ਦੀਪ ਸਿੱਧੂ ਤੇ ਲੱਖਾ ਜਿਹੜੇ ਨੇ ਉਹ ਜਾ ਕੇ ਝੰਡਾ ਉੱਤੇ ਜਾੜੇ ਚੜੇ, ਉਹ ਮੋਦੀ ਸਰਕਾਰ ਦੀ ਇਸ਼ਾਰੇ ਦੇ ਉੱਤੇ ਤੇ ਪੁਲਿਸ ਦੇ ਉੱਤੇ, ਤੇ ਅਸੀਂ ਦੇਖਦੇ ਹਾਂ ਕਿ ਇਸ ਮੂਵਮੈਂਟ ਨੂੰ ਤੋੜਨ ਵਾਸਤੇ, ਇਸ ਮੂਵਮੈਂਟ ਨੂੰ ਖਰਾਬ ਕਰਨ ਵਾਸਤੇ ਮੋਦੀ ਸਰਕਾਰ ਸ਼ੁਰੂ ਤੋਂ ਜੁਟੀ ਸੀ ਮੇਰੇ ਖਿਆਲ।
ਉਹਨਾਂ ਨੇ ਮੀਡੀਆ ਤੇ ਵੀ ਬਹੁਤ ਜ਼ਿਆਦਾ ਗੰਦ ਫੈਲਾਇਆ ਸੀ ਇਸ ਜਿੱਥੇ ਇਸ ਸਾਰੀ ਮੂਵਮੈਂਟ ਦੇ ਖਿਲਾਫ ਸਾਰੇ ਮੀਡੀਆ ਦੇ ਵੱਡੇ ਵੱਡੇ ਜਿਹੜੇ ਐਂਕਰ ਪਰਸਨ ਨੇ ਜਿਹੜੇ ਨਿਊਜ਼ ਕਾਸਟਰ ਨੇ ਸਾਰਿਆਂ ਨੇ ਜ਼ਹਿਰ ਘੋਲਿਆ ਸੀ ਇਸ ਮੂਵਮੈਂਟ ਦੇ ਖਿਲਾਫ। ਫਿਰ ਦੇਖਦੇ ਹਾਂ ਕਿ ਹਰ ਜਗ੍ਹਾ ਪੁਲਿਸ ਨੇ ਵੀ ਉੱਥੇ ਗ੍ਰਿਫਤਾਰੀਆਂ ਕੀਤੀਆਂ। 26 ਜਨਵਰੀ ਤੇ ਗੱਲ ਤੇ ਬਾਅਦ ਚ ਆਈ ਹੈ, ਇਸ ਤੋਂ ਪਹਿਲੇ ਵੀ ਗ੍ਰਿਫਤਾਰੀਆਂ ਤੇ ਕੇਸ 600 ਪੁਲਿਸ ਠੋਕ ਰਹੀ ਸੀ ਕਿਸਾਨਾਂ ਦੇ ਉੱਤੇ, ਲੀਡਰਾਂ ਦੇ ਉੱਤੇ। ਤੇ ਫਿਰ ਅਸੀਂ ਦੇਖਦੇ ਹਾਂ ਕਿ ਹੋਰ ਵੀ ਕਈ ਤਰੀਕੇ ਉਹਨਾਂ ਨੇ ਅਪਣਾਏ ਨੇ, ਉਹਨਾਂ ਨੇ ਆਪਣੇ ਬੰਦੇ ਵਿੱਚ ਮੂਵਮੈਂਟ ਦੇ ਅੰਦਰ ਘੁਸਾਏ ਨੇ ਤਾਂ ਕਿ ਮੂਵਮੈਂਟ ਨੂੰ ਖਰਾਬ ਕੀਤਾ ਜਾਵੇ, ਇੱਕ ਗਲਤ ਰੰਗ ਦਿੱਤਾ ਜਾਵੇ। ਤੇ ਤੁਸੀਂ ਕੀ ਸਮਝਦੇ ਹੋ ਕਿਸਾਨ ਜਿਹੜੀ ਸਾਰੀ ਮੂਵਮੈਂਟ ਲੀਡਰ ਨੇ ਇਸ ਚੀਜ਼ ਨੂੰ ਕਿਸ ਤਰ੍ਹਾਂ ਉਹ ਜਵਾਬ ਕਿਸ ਤਰ੍ਹਾਂ ਦੇ ਰਹੇ ਨੇ ਇਸ ਤਰ੍ਹਾਂ ਆਪਣੇ ਆਪਣੇ ਤੌਰ ਤੇ ਇਹ ਸਾਰੀ ਨੈਗੇਟਿਵ ਕੰਪੇਨ ਜਿਹੜੀ ਚਲਾ ਰਹੀ ਹੈ ਮੋਦੀ ਸਰਕਾਰ ਜਿਹੜੀ? ਦੇਖੋ ਜਿਹੜਾ ਅੰਦੋਲਨ ਹੁੰਦਾ ਸ਼ਾਂਤਮਈ ਅੰਦੋਲਨ, ਸਾਡਾ ਅੰਦੋਲਨ ਦੁਨੀਆ ਦੇ ਵਿੱਚ ਸ਼ਾਂਤਮਈ ਅੰਦੋਲਨ ਵਜੋਂ ਮਸ਼ਹੂਰ ਹੋਇਆ ਤਾਂ ਸ਼ਾਂਤਮਈ ਤਰੀਕੇ ਨਾਲ ਹਰਿਆਣੇ ਦੇ ਕਿਸਾਨ ਜਿਹੜੇ ਆ ਉਹ ਆਪਣੇ ਲੀਡਰਾਂ ਦਾ ਘਰਾਓ ਕਰ ਰਹੇ ਸੀ ਜਾਂ ਕੋਸ਼ਿਸ਼ ਕਰ ਰਹੇ ਸੀ ਕਿ ਉਹ ਰੈਲੀ ਨਾ ਕਰ ਸਕਣ, ਪ੍ਰੋਟੈਸਟ ਕਰ ਰਹੇ ਸੀ। ਤੇ ਉਹਨਾਂ ਦੇ ਉੱਤੇ 307 ਦੇ ਕੇਸ ਦਰਜ ਕਰ ਦਿੱਤੇ ਗਏ। ਤੇ ਇਸ ਤਰ੍ਹਾਂ ਯੂਪੀ ਦੇ ਵਿੱਚ ਦੇਖੋ ਇੱਥੋਂ ਤੱਕ ਗਏ ਕਿ ਜਿਹੜਾ ਧਰਨੇ 'ਚ ਜਾਊਗਾ ਉਹ ਮਚਲਕ ਪਾਕ ਭਰ ਕੇ ਜਾਵੇ ਤਾਂ ਉਹਨੂੰ 1,00,000 ਜੁਰਮਾਨਾ ਕੀਤਾ ਜਾਊਗਾ ਜਾਂ ਕੈਦ ਕੀਤੀ ਜਾਊਗੀ। ਇਸ ਹੱਦ ਤੱਕ ਯੂਪੀ ਦੀ ਗੌਰਮੈਂਟ ਨੇ ਕੋਸ਼ਿਸ਼ ਕੀਤੀ ਕਿ ਕਿਸਾਨ ਜਿਹੜੇ ਉਹ ਧਰਨੇ 'ਚ ਨਾ ਜਾਣ। ਦੂਜਾ ਜਿਹੜੇ ਉਹ ਦੋ ਬੰਦੇ ਆ ਅਸੀਂ ਉਹਨਾਂ ਨੂੰ ਸਮਝਾਇਆ ਵੀ ਕਿ ਦੇਖੋ ਇਹ ਜਿਹੜੇ ਲੈ ਕੇ ਆਏ ਅਸੀਂ ਸਾਰੇ ਕਿਸਾਨ, ਬੜੀ ਮਿਹਨਤ ਕੀਤੀ ਅਸੀਂ, ਤੁਹਾਡੀ ਆਪਣੀ ਕੋਈ ਆਰਗੇਨਾਈਜੇਸ਼ਨ ਨਹੀਂ, ਤੁਹਾਡੇ ਨਾਲ ਕੋਈ ਲੋਕ ਨਹੀਂ, ਤੁਸੀਂ ਸਾਡੇ ਆਏ ਹੋਏ ਜਿਹੜੇ ਇਕੱਠੇ ਹੋਏ ਕਿਸਾਨ ਆ ਉਹਨਾਂ ਚੋਂ ਨੌਜਵਾਨਾਂ ਨੂੰ ਕੁਛ ਇੱਦਾਂ ਦੀਆਂ ਗੱਲਾਂ ਕਰਕੇ, ਕੋਈ ਇੱਦਾਂ ਦੇ ਭਾਸ਼ਣ ਕਰਕੇ, ਕੋਈ ਇੱਦਾਂ ਦੀਆਂ ਵੀਡੀਓ ਪਾ ਕੇ ਕੋਸ਼ਿਸ਼ ਕਰ ਰਹੇ ਹੋ ਕਿ ਨੌਜਵਾਨ ਕਿਸੇ ਗਲਤ ਤੇ ਗਰਮ ਨਾਅਰੇ ਲਈ ਜਾਂ ਕੋਈ ਗਲਤ ਕੰਮ ਕਰਨ ਲਈ ਤਿਆਰ ਹੋ ਜਾਣ। ਉਹ ਸਾਡੇ ਖਿਲਾਫ਼ ਲਗਾਤਾਰ ਪ੍ਰਚਾਰ ਕਰ ਰਹੇ ਸੀ ਕਿ ਇਹਨਾਂ ਨੇ ਕੁਛ ਨਹੀਂ ਕਰਨਾ, ਇਹ ਤਾਂ ਬੈਠੇ ਹੋਏ ਆ, ਇਹ ਅਗਲਾ ਕੋਈ ਐਕਸ਼ਨ ਨਹੀਂ ਦਿੰਦੇ, ਗਰਮ ਐਕਸ਼ਨ ਦੀ ਲੋੜ ਆ, ਲਾਲ ਕਿਲੇ ਤੇ ਝੰਡਾ ਚੜ੍ਹਾਉਣ ਦੀ ਲੋੜ ਆ, 26 ਜਨਵਰੀ ਨੂੰ ਏਦਾਂ ਕਰਨ ਦੀ ਲੋੜ ਆ, ਤਾਂ ਉਹ ਇਹ ਪਹਿਲਾਂ ਹੀ ਕਰ ਰਹੇ ਸੀ ਤੇ ਸਾਨੂੰ ਵੀ ਪਤਾ ਸੀ। ਇਸ ਕਰਕੇ ਅਸੀਂ ਸ਼ਾਂਤਮਈ ਢੰਗ ਨਾਲ ਆਪਣਾ ਰੂਟ ਜਿਹੜਾ ਬਹਿ ਕੇ ਤੈਅ ਕਰ ਲਿਆ ਤਾਂ ਅਸੀਂ ਦਿੱਲੀ ਦੇ ਜਿਹੜੇ ਆਊਟਰ ਸੀ ਉਹਦੇ ਉੱਤੇ ਤਿਆਰ ਸੀ। ਪਰ ਇੱਕ ਗੁੱਟ ਜਿਹਨੂੰ ਅਸੀਂ ਆਪਣੇ 'ਚ ਸ਼ਾਮਿਲ ਨਹੀਂ ਸੀ ਕੀਤਾ, ਕਿਸਾਨ ਸੰਘਰਸ਼ ਕਮੇਟੀ ਜਿਹਦਾ ਸਤਨਾਮ ਸਿੰਘ ਪੰਨੂ ਦੇ ਸਰਵਣ ਪੰਧੇਰ ਲੀਡਰ ਨੇ, ਉਹ ਅਸੀਂ 32 ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਉਹਨਾਂ ਨੂੰ ਆਪਣੇ 'ਚ ਨਹੀਂ ਸੀ ਰਲਾਇਆ ਕਿਉਂਕਿ ਸਾਨੂੰ ਪਤਾ ਸੀ ਇਹ ਕੋਈ ਡਿਸਿਪਲਿਨ ਮੰਨਣ ਵਾਲੇ ਨਹੀਂ। ਇਹ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਜਿਹੜਾ ਪ੍ਰੋਗਰਾਮ ਅਸੀਂ ਦਿੰਦੇ ਹਾਂ ਇਹ ਉਹਦੇ ਉਲਟ ਪ੍ਰੋਗਰਾਮ ਦਿੰਦੇ ਆ। ਅਸੀਂ ਕਿਹਾ ਸੀ ਦਿੱਲੀ ਜਾਣਾ, ਦਿੱਲੀ ਘੇਰਨਾ, ਉਹਨਾਂ ਨੇ ਬਿਆਨ ਦਿੱਤਾ ਸੀ ਕਿ ਦਿੱਲੀ ਜਾਣਾ ਹੀ ਨਹੀਂ। ਬਾਅਦ 'ਚ ਦਿੱਲੀ ਆਏ ਤਾਂ ਉਹ ਸਰਕਾਰ ਦੀ ਸਾਜਿਸ਼ ਨਾਲ ਆਣ ਕੇ ਉਹਨਾਂ ਨੇ ਸਾਡੀ ਸਟੇਜ ਦੇ ਪਿਛਲੇ ਪਾਸੇ ਆਪਣੀਆਂ ਟਰਾਲੀਆਂ ਦੀ ਇੱਕ ਵੱਖਰੀ ਸਟੇਜ ਲਾ ਲਈ ਤਾਂ ਅਸੀਂ ਉਦੋਂ ਤੋਂ ਹੀ ਉਹਨਾਂ ਬਾਰੇ ਸ਼ੱਕੀ ਸੀ। ਤਾਂ ਉਹਨਾਂ ਨੇ ਵਾਇਓਲੇਸ਼ਨ ਕਰਤੀ, 11 ਵਜੇ ਤੁਰਨ ਦਾ ਟਾਈਮ ਸੀ ਤਾਂ ਪੁਲਿਸ ਆਫਿਸਰ ਜਿਹੜੇ ਆ ਉਹਨਾਂ ਨੇ ਰਾਤ ਹੀ ਉਹਨਾਂ ਨਾਲ ਮੀਟਿੰਗ ਕਰਕੇ ਤੇ ਸਾਰਾ ਕੁਛ ਇਹ ਜਿਹੜੇ ਸਿੱਧੂ ਤੇ ਸਿਧਾਣਾ ਤਾਂ ਪੁਲਿਸ ਤੇ ਇਹਨਾਂ ਦਾ ਜਿਹੜਾ ਸਰਵਣ ਪੰਧੇਰ ਤੇ ਪੰਨੂ ਹੋਣਾ ਦੀ ਮੀਟਿੰਗ ਹੋ ਗਈ। ਇਹਨਾਂ ਨੇ 7 ਵਜੇ ਹੀ ਆਪਣੀਆਂ ਟਰਾਲੀਆਂ ਤੋੜ ਲਈਆਂ ਤਾਂ ਜਿਹੜੇ ਸਾਡੇ ਕਈ ਨੌਜਵਾਨ ਸੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਤਾਂ ਕਾਫੀ ਗਿਣਤੀ ਸਾਡੀ ਜਿਹੜੀ ਆ ਉਹ ਉਹਨਾਂ ਨਾਲ ਚਲੀ ਗਈ। ਏਦਾਂ ਇਹ ਵਰਤਾਰਾ ਹੋਇਆ। ਬਾਕੀ ਤੁਸੀਂ ਦੇਖਿਆ ਕਿ ਕਿਵੇਂ ਪੁਲਿਸ ਨੇ ਰਸਤਾ ਦਿੱਤਾ, ਕਿਵੇਂ ਉਹ ਜਿਹੜਾ ਸਿੱਧੂ ਹੋਣੀ ਆ ਉੱਥੇ ਤੱਕ ਪਹੁੰਚੇ, ਕਿਵੇਂ ਇਹ ਸਾਰਾ ਹੋਇਆ, ਇਹਦੇ ਬਾਰੇ ਕਾਫੀ ਚਰਚਾ ਪਹਿਲਾਂ ਹੋ ਚੁੱਕੀ ਹੈ ਜੀ। ਜੀ ਬਿਲਕੁਲ ਬਿਲਕੁਲ, ਤੁਸੀਂ ਸਾਰੀ ਸਿਚੁਏਸ਼ਨ ਬੜੀ ਜ਼ਬਰਦਸਤ ਤਰੀਕੇ ਨਾਲ ਬਿਆਨ ਕੀਤੀ ਹੈ ਤੇ ਮੇਰਾ ਖਿਆਲ ਹੈ ਕਿ ਸਰਕਾਰ ਜਿਹੜੀ ਹੈ ਉਹ ਸ਼ਾਇਦ ਫੁੱਲ ਕੌਨਫੀਡੈਂਸ ਸੀਗੀ ਕਿ ਅਸੀਂ ਇਹ ਮੂਵਮੈਂਟ ਸਾਰੀ ਤੋੜ ਦਾਂਗੇ ਕਿਉਂਕਿ ਕਿਸਾਨਾਂ ਨੂੰ ਅਸੀਂ ਇਲਜ਼ਾਮ ਲੱਗ ਗਿਆ ਸੀ ਉਹਨਾਂ ਦੇ ਉੱਤੇ, ਉਹਨਾਂ ਨੇ ਲਾਤਾ ਸੀ, ਮੀਡੀਆ ਨੇ ਵੀ ਲਾਤਾ ਸੀ ਕਿ ਜੀ ਇਹਨਾਂ ਨੇ ਝੰਡਾ ਚੜਾਇਆ, ਇਹ ਸਾਰੇ ਆਤੰਕਵਾਦੀ ਨੇ, ਪੁਲਿਸ ਨੇ ਕੇਸ ਵੀ ਠੋਕ ਛੱਡੇ ਸੀ, ਗ੍ਰਿਫਤਾਰੀਆਂ ਵੀ ਹੋ ਗਈਆਂ ਸੀ ਤੇ ਸ਼ਾਇਦ ਸਰਕਾਰ ਨੂੰ ਇਹ ਕੌਨਫੀਡੈਂਸ ਸੀ ਕਿ ਹੁਣ ਮੂਵਮੈਂਟ ਖਤਮ ਹੋ ਜਾਏਗੀ, ਲੋਕੀ ਸਾਰੇ ਘਰੋਂ ਘਰੀ, ਕਿਸਾਨ ਸਾਰੇ ਘਰੋਂ ਘਰੀ ਚਲੇ ਜਾਣਗੇ, ਫਿਰ ਅਸੀਂ ਮਜ਼ੀਦ ਪੁਲਿਸ ਦਾ ਜਬਰ ਉਹਨਾਂ ਦੇ ਉੱਤੇ ਤੋੜ ਦਾਂਗੇ, ਉਹਨਾਂ ਦੇ ਇਲਾਕਿਆਂ 'ਚ ਉਹਨਾਂ ਨੂੰ ਗ੍ਰਿਫਤਾਰੀਆਂ ਕਰਾਂਗੇ, ਉਹਨਾਂ ਦੇ ਉੱਤੇ ਹੋਰ ਅਸੀਂ ਜਬਰ ਕਰਾਂਗੇ। ਲੇਕਿਨ ਅਸੀਂ ਕੀ ਦੇਖਦੇ ਹਾਂ ਕਿ ਜਿਸ ਤਰ੍ਹਾਂ ਕਿਸਾਨ ਗਵਰਨਮੈਂਟ ਨੇ, ਮੋਦੀ ਸਰਕਾਰ ਨੇ ਇੰਝ ਕੀਤਾ
ਤੇ ਇੱਕ ਰਿਐਕਸ਼ਨ ਬੜਾ ਜ਼ਬਰਦਸਤ ਆਇਆ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਗਾਜ਼ੀਪੁਰ ਦਾ ਸਾਈਟ ਜਿਹੜੀ ਹੈ ਹੁਣ ਅਸੀਂ ਦੇਖਦੇ ਹਾਂ ਹੁਣ ਰਿਪੋਰਟਾਂ ਆ ਰਹੀਆਂ ਨੇ ਕਿ 2 ਲੱਖ ਤੱਕ ਲੋਕ ਜਮ੍ਹਾਂ ਹੋ ਗਏ ਨੇ ਉੱਥੇ ਤੁਸੀਂ ਇਹ ਸਾਰੀ ਮੂਵਮੈਂਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਹਿਲੇ ਤੁਸੀਂ ਕਹਿੰਦੇ ਸੀ ਜੀ 1000 ਲੋਕ ਸੀ ਸਿਰਫ ਉੱਥੇ ਹੁਣ ਇੱਕਦਮ 2 ਲੱਖ ਲੋਕ ਹੋ ਗਏ ਨੇ ਉੱਥੇ ਇਹ ਗਵਰਨਮੈਂਟ ਦੀ ਜਿਹੜੀ ਐਕਸ਼ਨ ਹੈ ਉਹਦਾ ਰਿਐਕਸ਼ਨ ਹੋਇਆ ਇੱਕਦਮ ਤੁਸੀਂ ਸਾਡੀ ਉਹਦਾ ਰਿਐਕਸ਼ਨ ਹੋਇਆ ਤੇ ਦੂਜੀ ਗੱਲ ਇਹ ਹੋਈ ਕਿ ਉੱਥੇ 2 MLA ਆਪਣੇ ਕੁਝ ਫਾਲੋਅਰ RSS ਦੇ ਲੈ ਕੇ ਚਲੇ ਗਏ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇੱਥੇ ਝਗੜਾ ਹੋਵੇ ਤਾਂ ਪੁਲਿਸ ਜਿਹੜੀ ਆਈ ਹੋਈ ਆ ਇਹ ਝਗੜੇ ਦੇ ਨਾਂ ਦੇ ਉੱਤੇ ਇੰਟਰਵੀਨ ਕਰਕੇ ਤੇ ਉਸ ਧਰਨੇ ਨੂੰ ਉਠਾ ਦੇ ਪਰ ਉੱਥੇ ਉਹ ਟਕੈਤ ਨੇ ਤੇ ਯੁੱਧਵੀਰ ਲੀਡਰ ਹੈ ਉਹਦਾ ਨਾਲ ਉਹਨਾਂ ਦੋਹਾਂ ਨੇ ਆਪਣੇ ਕਾਡਰ ਨੂੰ ਸ਼ਾਂਤ ਰੱਖਿਆ ਕਿ ਝਗੜਾ ਨਹੀਂ ਕਰਨਾ ਝਗੜਾ ਇਹ MLA ਆਪ ਕਰਾਉਣਾ ਚਾਹੁੰਦੇ ਆ ਤਾਂ ਇੱਥੇ ਸਿੰਘੂ ਬਾਰਡਰ ਦੇ ਉੱਤੇ ਵੀ ਰੋੜੇ ਮਾਰੇ ਗਏ ਪਰਸੋਂ ਸਟੇਜ ਦੇ ਉੱਤੇ ਤੇ ਇੱਥੇ ਵੀ ਝਗੜਾ ਕਰਾਇਆ ਗਿਆ ਤਾਂ ਇੱਥੇ RSS ਦੇ ਲਾਗੇ ਪਿੰਡਾਂ 'ਚ ਪ੍ਰਚਾਰ ਕੀਤਾ ਹੁਣੇ ਸੋਨੀਪਤ ਥੋੜੇ 10 ਮਿੰਟ ਪਹਿਲਾਂ ਮੁਜ਼ਾਹਰਾ ਹੋ ਕੇ ਹਟਿਆ ਵੀ ਕਿਸਾਨ ਰਸਤਾ ਖਾਲੀ ਕਰਨ ਤਾਂ BJP ਪਾਰਟੀ ਵੀ ਝੋਕ ਰਹੀ ਹੈ ਕਿਸਾਨਾਂ ਦੇ ਧਰਨੇ ਨੂੰ ਫੇਲ ਕਰਨ ਲਈ ਪਰ ਜਿੰਨੇ ਵੀ ਹੁਣ ਤੱਕ ਇਹਨਾਂ ਨੇ ਸਟੈਪ ਲਏ ਆ ਉਹ ਸਾਰੇ ਇਹਨਾਂ ਦੇ ਉਲਟ ਗਏ ਆ ਜਿਹੜੇ ਜਿਹੜੇ ਇਹਨਾਂ ਨੇ MLA ਭੇਜੇ ਤੇ ਜਿਵੇਂ ਇਹਨਾਂ ਨੇ ਉੱਥੇ ਪੁਲਿਸ ਭੇਜੀ ਉਹਦਾ ਇੰਨਾ ਰੋਸ ਹੋਇਆ UP ਤੇ ਹਰਿਆਣੇ ਚ ਕਿ ਉੱਥੇ ਇੱਕੇ ਦਿਨ ਦੇ ਰਾਤ ਤੇ ਇੱਕ ਦਿਨ ਦੇ ਵਿੱਚ ਹੀ 2 ਲੱਖ ਬੰਦਾ ਇਕੱਠਾ ਹੋ ਗਿਆ ਔਰ ਆਹ ਜਿਹੜਾ ਇੱਥੇ ਇਹਨਾਂ ਨੇ ਰੋੜੇ ਰਾੜੇ ਮਾਰੇ ਆ ਸਟੇਜ ਦੇ ਉੱਤੇ ਤੇ ਆਹ ਜਿਹੜਾ ਇਹਨਾਂ ਨੇ ਮੁਜ਼ਾਹਰੇ ਕੀਤੇ ਆ ਜਾਂ ਕੋਸ਼ਿਸ਼ ਕਰ ਰਹੇ ਆ ਕਿ ਪਿੰਡਾਂ ਦੇ ਲੋਕ ਇਹਨਾਂ ਨਾਲ ਝਗੜਾ ਕਰਨ ਉਹਦੇ ਰੋਸ ਵਜੋਂ ਪੰਜਾਬ ਤੇ ਹਰਿਆਣੇ ਦੇ ਲੋਕ ਤੁਰ ਪਏ ਆ ਤੇ ਮੈਂ ਤੁਹਾਨੂੰ ਦੱਸਿਆ ਕਿ 2 ਦਿਨ ਦੇ ਵਿੱਚ ਇੱਥੇ ਇੰਨਾ ਵੱਡਾ ਇਕੱਠ ਹੋ ਰਿਹਾ ਕਿ 26 ਜਨਵਰੀ ਦੀ ਗੈਦਰਿੰਗ ਨੂੰ ਵੀ ਕਰੌਸ ਕਰ ਦਿਓ ਜੀ ਉਹਦੇ ਦਬਾਅ ਥੱਲੇ ਹੀ ਮੋਦੀ ਜਿਹੜਾ ਜਿੰਨੇ ਹੁਣ ਤੱਕ 2 ਮਹੀਨੇ ਤੋਂ ਵੱਧ ਸਮੇਂ ਵਿੱਚ ਕਿਸਾਨ ਆਗੂਆਂ ਨਾਲ ਗੱਲ ਕਰਨੀ ਨਹੀਂ ਠੀਕ ਸਮਝੀ ਤੇ ਉਹਨੇ ਕਿਹਾ ਕਿ ਮੈਂ ਤੇ ਕਿਸਾਨ ਜਿਹੜੇ ਆ ਇੱਕ ਫੋਨ ਦੂਰੀ ਤੇ ਆ ਹੁਣ ਸਿਰਫ ਇਹ ਖਬਰਾਂ ਤੁਸੀਂ ਸੁਣ ਲਓਗੇ ਮੇਰੀ ਗੱਲਬਾਤ ਤੋਂ ਬਾਅਦ ਕਿਸਾਨ ਤੇ ਗਵਰਨਮੈਂਟ ਮੋਦੀ ਜਿਹੜਾ ਇੱਕ ਫੋਨ ਦੀ ਦੂਰੀ ਤੇ ਹੈ ਲੇਕਿਨ ਮਸਲਾ ਇਹ ਹੈਗਾ ਕਿ ਤੁਸੀਂ ਕੀ ਸਮਝਦੇ ਹੋ ਇਹ ਕਾਲੇ ਕਾਨੂੰਨ ਵਾਪਸ ਲੈਣ ਨੂੰ ਕਿਉਂ ਨਹੀਂ ਉਹ ਮੋਦੀ ਤਿਆਰ ਇੰਨਾ ਅੰਦੋਲਨ ਹੋ ਰਿਹਾ ਹੈ ਉੱਥੇ ਹੁਣ UP ਦੇ ਕਿਸਾਨ ਵੀ ਆ ਗਏ ਨੇ ਉਸ ਤੋਂ ਪਹਿਲੇ ਵੀ ਜਿਹੜਾ ਇੱਕ ਮੂਵਮੈਂਟ ਬਹੁਤ ਵੱਧ ਰਹੀ ਸੀ ਰੋਜ਼ ਰੋਜ਼ ਵੱਧ ਰਹੀ ਸੀ ਤੇ ਤੁਸੀਂ ਕੀ ਸਮਝਦੇ ਹੋ ਤੁਹਾਡਾ ਕੀ ਵਿਊ ਹੈ ਕਿ ਮੋਦੀ ਹੁਣ ਕਾਨੂੰਨ ਹੈ ਵਾਪਸ ਕਿਉਂ ਨਹੀਂ ਲੈ ਰਿਹਾ 11 ਬੈਠਕਾਂ ਵੀ ਹੋਈਆਂ ਨੇ ਉਹਦੇ ਚ ਵੀ ਕੋਈ ਕੁਛ ਨਹੀਂ ਨਿਕਲਿਆ ਤੇ ਹੁਣ ਤੁਸੀਂ ਕੀ ਸਮਝਦੇ ਹੋ ਕਿ ਇਹ ਮੋਦੀ ਕਿਉਂ ਨਹੀਂ ਕਰ ਰਿਹਾ ਤੇ ਅੱਗੇ ਅੱਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੂਵਮੈਂਟ ਕਿਸ ਤਰ੍ਹਾਂ ਜਾ ਰਹੀ ਹੈ ਅੱਗੇ ਦੇਖੋ ਮੋਦੀ ਕੱਲਾ ਕੋਈ ਸਰਕਾਰ ਇਸ ਵਾਸਤੇ ਜ਼ਿੰਮੇਵਾਰ ਨਹੀਂ ਇਹ ਪੂਰੇ ਜਿਹੜੀ ਇੱਥੋਂ ਦੇ ਰਾਜ ਕਰਨ ਵਾਲੀ ਜਮਾਤ ਹੈ ਇੱਥੋਂ ਦੇ ਜਿਹੜੇ ਮੋਨੋਪੋਲਿਸਟ ਨੇ ਘਰਾਣੇ ਵੱਡੇ ਉਹ ਪਿਛਲੇ ਕਈ ਸਾਲਾਂ ਤੋਂ ਇਸ ਲਾਈਨ ਤੇ ਚੱਲ ਰਿਹਾ ਕਿ ਜਿਹੜੀਆਂ ਮਲਟੀਨੈਸ਼ਨਲ ਨੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨਾਲ ਸਾਂਝ ਭਿਆਲੀ ਕਰਕੇ ਦੇਸ਼ ਦੀ ਆਰਥਿਕਤਾ ਤੇ ਉਹਨਾਂ ਦਾ ਕਬਜ਼ਾ ਕਰਾ ਰਿਹਾ ਤੇ ਵਿੱਚੋਂ ਥੋੜਾ ਬਹੁਤਾ ਹਿੱਸਾ ਪੱਤੀ ਆਪਣੇ ਵੀ ਨਾਲ ਰੱਖ ਰਿਹਾ ਤਾਂ ਇਹ 91 ਵਿੱਚ ਜਦੋਂ ਮਨਮੋਹਨ ਸਿੰਘ ਨੇ ਨਵੀਂ ਆਰਥਿਕ ਨੀਤੀ ਦੇ ਨਾਂ ਥੱਲੇ ਵਿਸ਼ਵ ਬੈਂਕ ਨਾਲ ਮੰਨੇ 16 ਸਮਝੌਤੇ ਸ਼ਰਤਾਂ ਜਦੋਂ ਲਾਗੂ ਕੀਤੀਆਂ ਖੁੱਲੀ ਮੰਡੀ ਦਾ ਸਿਧਾਂਤ ਉੱਥੋਂ ਹੀ ਲਾਗੂ ਹੋਣਾ ਸ਼ੁਰੂ ਹੋ ਗਿਆ ਸੀ ਫਿਰ WTO ਆ ਗਈ ਹੁਣ ਜਦ WTO ਵਿੱਚ 2012 ਦੇ ਵਿੱਚ MSP ਖਤਮ ਕਰਨ ਤੇ ਮੰਡੀ ਤੇ ਸਰਕਾਰ ਦਾ ਦਖਲ ਖਤਮ ਕਰਕੇ ਖੁੱਲੀ ਮੰਡੀ ਬਣਾਉਣ ਤੇ ਦਸਤਖਤ ਕਰਤੇ ਤਾਂ ਰਾਹ ਉਦੋਂ ਖੁੱਲ ਗਿਆ ਸੀ ਫਿਰ ਉਹਦੇ ਨਾਲ ਜਿਹੜੇ ਲੋਕਾਂ ਨੇ ਮੰਡੀ ਖੁੱਲੀ ਕਰਕੇ ਉੱਥੋਂ ਅਨਾਜ ਖਰੀਦ ਕੇ ਉਹਦੇ ਭੰਡਾਰ ਕਰਨੇ ਆ ਫਿਰ ਉਹ ਕਾਰਖਾਨੇ 'ਚ ਉਹਦਾ ਪ੍ਰੋਸੈਸਡ ਫੂਡ ਬਣਾਉਣਾ ਜਿਹੜਾ ਬਣਿਆ ਬਣਾਇਆ ਭੋਜਨ ਜਿਵੇਂ ਸਾਮਰਾਜੀ ਦੇਸ਼ਾਂ 'ਚ ਵਿਕਦਾ ਉਹਦੇ ਲਈ ਉਹਨਾਂ ਨੇ ਆਪਣੇ ਸਾਰੇ ਜਿਹੜੇ ਮਾਲ ਨੇ ਜਾਂ ਬਾਕੀ ਹੋਰ ਬਹੁਤ ਕੁਛ ਤਿਆਰ ਕਰ ਲਿਆ ਪਿਛਲੇ ਸਾਲਾਂ ਦੇ ਵਿੱਚ ਤਾਂ ਉਹ ਪ੍ਰੈਸ਼ਰਾਈਜ਼ ਕਰ ਰਹੀਆਂ ਮਲਟੀਨੈਸ਼ਨਲ ਵੀ ਤੇ ਇੰਡੀਅਨ ਮੋਨੋਪੋਲਿਸਟ ਘਰਾਣੇ ਵੀ ਵੀ ਅਸੀਂ ਹੁਣ ਇੰਨਾ ਕੁਛ ਕਰ ਲਿਆ ਤੇ ਹੁਣ ਤੁਸੀਂ ਜੇ ਇੱਥੋਂ ਪਿਛਾਂ ਮੁੜਦੇ ਆ ਕਾਨੂੰਨ ਲਾਗੂ ਕਰਕੇ ਤਾਂ ਉਹ ਕੀ ਧਮਕੀਆਂ ਦੇ ਰਿਹਾ ਇਹ ਤਾਂ ਸਾਨੂੰ ਪਤਾ ਨਹੀਂ ਪਰ ਇੱਕ ਗੱਲ ਨਿਸ਼ਚੇ ਹੈ ਕਿ ਮਲਟੀਨੈਸ਼ਨਲ ਤੇ ਭਾਰਤ ਦੇ ਜਿਹੜੇ ਵੱਡੇ ਘਰਾਣੇ ਆ ਅੰਬਾਨੀ ਵਰਗੇ ਉਹਨਾਂ ਦੇ ਦਬਾਅ ਕਰਕੇ ਹੀ ਮੋਦੀ ਜਿਹੜਾ ਉਹ ਕਹਿੰਦਾ ਸੋਧਾਂ ਕਰ ਲਓ ਅੱਗੇ ਪਾ ਦਿੰਦੇ ਆ ਏਦਾਂ ਦੀਆਂ ਗੱਲਾਂ ਕਰ ਰਿਹਾ ਪੂਰੇ ਰੱਦ ਕਰਨ ਨੂੰ ਮੰਨ ਨਹੀਂ ਰਿਹਾ ਪਰ ਹਿਸਟਰੀ 'ਚ ਏਦਾਂ ਕਿ ਜ਼ਰੂਰੀ ਨਹੀਂ ਹੁੰਦਾ
ਕਿ ਜਿਹੜੀਆਂ ਸਾਮਰਾਜੀ ਕੰਪਨੀਆਂ ਇਹ ਕੁਛ ਕਰ ਦੇਣ ਤੇ ਵਾਪਸ ਨਹੀਂ ਲੈਂਦੀਆਂ, ਇਹ ਬੜੇ ਚਲਾਕ ਨੇ, ਇਹ ਚਾਹੁੰਦੇ ਆ ਕਿ ਕੁਐਸਚਨ ਲਿਸਟ ਸਪੈਂਡ ਕਰਕੇ ਅੱਗੇ ਪਾ ਦਈਏ। ਤਾਂ ਇਹ ਲੋਕ ਅੰਦੋਲਨ ਜਿਹੜਾ ਵੱਧ ਰਿਹਾ, ਇਹਦੇ ਲਈ ਮੋਦੀ ਨੂੰ ਤੇ ਇਹਨਾਂ ਕੰਪਨੀਆਂ ਨੂੰ ਵੀ ਪਿੱਛੇ ਹਟਣਾ ਪਊਗਾ ਜੀ। ਜੀ ਬਿਲਕੁਲ, ਮਲਟੀਨੈਸ਼ਨਲ ਕੰਪਨੀਆਂ ਅਸੀਂ ਦੇਖਦੇ ਹਾਂ ਕਿ 10 ਸਾਲਾਂ ਵਿੱਚ ਜਿਸ ਤਰੀਕੇ ਨਾਲ ਫੋਰਨ ਡਾਇਰੈਕਟ ਇਨਵੈਸਟਮੈਂਟ ਹੋਈ ਹੈ ਇੰਡੀਆ ਦੇ ਅੰਦਰ, ਐਗਰੀਕਲਚਰ ਸੈਕਟਰ ਦੇ ਅੰਦਰ ਬਹੁਤ ਜ਼ਿਆਦਾ ਹੋਈ ਹੈ। ਬਹੁਤ ਬੜੇ ਪੈਮਾਨੇ ਤੇ ਉਹਨਾਂ ਨੇ ਆਪਣੀ ਪ੍ਰੋਡਕਟਸ ਜਿਹੜੀਆਂ ਨੇ ਉਹ ਇੰਡੀਆ ਤੇ ਲੈ ਕੇ ਆਏ ਨੇ, ਤੇ ਇੱਥੇ ਮੁਖਤਲਿਫ ਇੰਡੀਆ ਦੇ ਕੈਪੀਟਲਿਸਟ ਜਿਹੜੇ ਵੱਡੇ ਵੱਡੇ ਸਰਮਾਇਆਦਾਰ ਨੇ ਉਹਨਾਂ ਨਾਲ ਮਿਲ ਕੇ ਉਹਨਾਂ ਨੇ ਆਪਣੀ ਪ੍ਰੋਡਕਟਸ ਵੇਚੀਆਂ ਨੇ ਤੇ ਜ਼ਬਰਦਸਤੀ ਵੇਚੀਆਂ ਨੇ। ਤੇ ਅਸੀਂ ਦੇਖਦੇ ਹਾਂ ਇਸ ਸਾਰੇ ਪ੍ਰੋਸੈਸ ਦੇ ਅੰਦਰ ਜਿਹੜੀ ਪ੍ਰਾਈਵੇਟਾਈਜੇਸ਼ਨ ਤੇ ਮਾਰਕੀਟਾਈਜੇਸ਼ਨ ਦੀ ਪ੍ਰੋਸੈਸ ਹੈ, ਇਹਦੇ ਅੰਦਰ ਨਾ ਸਿਰਫ ਗਵਰਨਮੈਂਟ ਦਿੱਤਾ ਹੈ ਬਲਕਿ ਗਵਰਨਮੈਂਟ ਦੇ ਸਾਰੇ ਅਦਾਰੇ ਤੇ ਜਿੰਨੇ ਵੀ ਯੂਨੀਵਰਸਿਟੀਆਂ ਖੁੱਲੀਆਂ ਨੇ, ਰਿਸਰਚ ਆਰਗੇਨਾਈਜੇਸ਼ਨਾਂ ਖੁੱਲੀਆਂ ਨੇ, ਉਹਨਾਂ ਨੇ ਸਾਰਿਆਂ ਨੇ ਮਿਲ ਕੇ ਉਹਨਾਂ ਦੀ ਚੀਜ਼ਾਂ ਜਿਹੜੀਆਂ ਨੇ ਉਹ ਵੇਚਣ ਦਾ ਇੱਕ ਪੂਰਾ ਚੈਨਲ ਖੋਲਿਆ ਹੈ ਤਾਂ ਕਿ ਕਿਸਾਨ ਸਾਰੇ ਇੰਡੀਆ ਵਿੱਚ ਉਹਨਾਂ ਦੀ ਚੀਜ਼ਾਂ ਵਿਕਣ ਤੇ ਉਹ ਜਿਹੜਾ ਮੁਨਾਫਾ ਹੈ, ਪ੍ਰੋਫਿਟ ਹੈ, ਉਹ ਸਾਰਾ ਖਿੱਚ ਕੇ ਬਾਹਰ ਉਹ ਲੈ ਜਾਣ ਜਿਹੜੇ ਮਲਟੀਨੈਸ਼ਨਲ ਨੇ ਸਾਰੀਆਂ ਜਿਹੜੀਆਂ। ਤੇ ਅਸੀਂ ਦੇਖ ਕੇ ਇਸ ਸਾਰੇ ਪ੍ਰੋਸੈਸ ਨੂੰ ਸਸਪੈਂਡ ਕਰਨ ਵਾਸਤੇ, ਜਿਹੜੇ ਮੂਵਮੈਂਟ ਨੂੰ ਸਸਪੈਂਡ ਕਰਨ ਵਾਸਤੇ ਗਵਰਨਮੈਂਟ ਬਹੁਤ ਜ਼ਿਆਦਾ ਹਥਕੰਡੇ ਇਸਤੇਮਾਲ ਕਰ ਰਹੀ ਹੈ। ਪਹਿਲੇ ਤੇ ਇਹਨਾਂ ਨੇ ਆਪ ਕਿਹਾ ਕਿ ਅਸੀਂ ਇੰਨੇ ਮਹੀਨਿਆਂ ਵਾਸਤੇ ਇਹ ਲਾਅ ਸਸਪੈਂਡ ਕਰ ਦਾਂਗੇ, ਕੈਂਸਲ ਨਹੀਂ ਕਰਾਂਗੇ, ਸਸਪੈਂਡ ਕਰ ਦਾਂਗੇ। ਫਿਰ ਅਸੀਂ ਦੇਖਦੇ ਹਾਂ ਕਿ ਸੁਪਰੀਮ ਕੋਰਟ ਦਾ ਸਹਾਰਾ ਲਿਆ ਗਿਆ, ਸੁਪਰੀਮ ਕੋਰਟ ਦਾ ਜਿਹੜਾ ਉਹ ਵੀ ਕਮੇਟੀ ਬਣਾਉਣ ਦੀ ਗੱਲ ਹੋਈ ਕਿ ਉਸ ਕਮੇਟੀ ਬਣੇਗੀ, ਜਿਹੜੀ ਕਮੇਟੀ ਫੈਸਲਾ ਕਰੇਗੀ, ਫਿਰ ਅਸੀਂ ਦੇਖਾਂਗੇ ਤੇ ਕਿਸਾਨ ਵਾਪਸ ਘਰੋ ਘਰੇ ਚਲੇ ਜਾਣ। ਲੇਕਿਨ ਅਸੀਂ ਦੇਖਦੇ ਹਾਂ ਕਿਸਾਨਾਂ ਨੇ ਫਿਰ ਉਹ ਰੈਜ਼ਿਸਟੈਂਸ ਦਿੱਤੀ ਕਿ ਅਸੀਂ ਵਾਪਸ ਨਹੀਂ ਜਾ ਰਹੇ, ਤੁਸੀਂ ਇਹ ਸਾਰਾ ਕੈਂਸਲ ਕਰੋ। ਤੇ ਤੁਸੀਂ ਦੇਖਦੇ ਹੋ ਕਿਸ ਤਰੀਕੇ ਨਾਲ ਜਿਹੜਾ ਡਿਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰਾ। ਪਹਿਲੇ 11 ਬੈਠਕਾਂ ਹੋਈਆਂ ਨੇ, ਉਹ ਚ ਵੀ ਡਿਲੇ ਹੋਇਆ ਹੈ ਤੇ ਹੁਣ ਸਸਪੈਂਡ ਕਰਨ ਦੀ ਗੱਲਾਂ ਹੋ ਰਹੀਆਂ ਨੇ ਕਿ ਕਾਨੂੰਨ ਚਲੋ ਸਾਲ ਵਾਸਤੇ ਸਸਪੈਂਡ ਕਰ ਦਿੰਦੇ ਆ, 1.5 ਸਾਲ ਵਾਸਤੇ ਸਸਪੈਂਡ ਕਰ ਦਿੰਦੇ ਨੇ। ਇਸ ਤਰੀਕੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਗਵਰਨਮੈਂਟ ਦੀ ਜਿਹੜੀ ਹੈ? ਦੇਖੋ, ਅਸੀਂ ਤਾਂ ਦੇਖਦੇ ਹਾਂ ਕਿ ਜਿਹੜਾ ਸਾਰੇ ਹੱਥ ਕੰਡੇ ਵਰਤ ਰਹੇ ਨੇ ਕਿ ਕਿਸੇ ਤਰ੍ਹਾਂ ਇਹ ਕਿਸਾਨ ਉੱਠ ਜਾਣ ਲਾਰਾ ਲੱਪਾ ਲਾ ਕੇ। ਤੇ ਪਹਿਲਾਂ ਵੀ ਤੁਸੀਂ ਦੇਖੋ ਕਿ ਇਹਨਾਂ ਨੇ ਵੇਟ ਕੀਤੀ ਹੈ ਕਿ 2012 ਦੇ ਵਿੱਚ ਉੱਥੇ ਬਾਲੀ ਦੇ ਵਿੱਚ ਦਸਤਖਤ ਕੀਤੇ ਹੋਏ ਆ ਭਾਰਤ ਸਰਕਾਰ ਨੇ, ਫਿਰ ਇਹ ਪੀਸ ਕਲੋਜ਼ ਦੇ ਵਿੱਚ 5 ਸਾਲ ਲੈ ਗਏ, 17 ਦੇ ਤੱਕ ਸਾਨੂੰ ਛੋੜ ਦੇ ਦਿਓ। ਫਿਰ 17 ਦੇ ਵਿੱਚ ਜਦੋਂ ਬਿਲਕੁਲ ਪਤਾ ਲੱਗ ਗਿਆ ਵੀ ਹੁਣ ਸਾਰਾ ਕੁਛ ਕਰਨਾ, ਤਾਂ ਫੇਰ ਵੀ ਇਹ ਰੁਕੇ ਰਹੇ। ਤਾਂ ਹੁਣ COVID-19 ਦੇ ਇਸ ਐਟਮੋਸਫੀਅਰ ਦੇ ਵਿੱਚ ਇਹ ਕਹਿ ਕੇ ਕਿ ਜੀ ਤੁਸੀਂ 5 ਬੰਦੇ ਇਕੱਠੇ ਨਹੀਂ ਹੋ ਸਕਦੇ, ਇਹ ਬਹੁਤ ਉਹਦੇ ਲਾਗੂ ਕੀਤੇ। ਇਹ ਪਹਿਲਾਂ ਹੀ ਸੋਚ ਰਿਹਾ ਸੀ ਕਿ ਏਡਾ ਵੱਡਾ ਕਦਮ ਲਿਆ ਤਾਂ ਕਿਸਾਨ ਅੰਦੋਲਨ ਹੋਊਗਾ, ਪਰ ਇਹ ਹੁਣ ਲੈ ਗਏ, ਅੰਦੋਲਨ ਵੀ ਹੋਇਆ। ਫਿਰ ਇਹਨਾਂ ਦਾ ਜਿਹੜਾ ਦਾਅਵਾ ਸੀ ਕਿ ਡਿਲੇ ਕਰਾਂਗੇ ਤੇ ਉੱਠ ਉੱਠ ਜਾਣਗੇ, ਉਹ ਇਹਨਾਂ ਨੂੰ ਮਹਿੰਗਾ ਪਿਆ ਕਿਉਂਕਿ ਜਿੰਨਾ ਡਿਲੇ ਹੋਇਆ ਘੋਲ ਸਾਰੇ ਦੇਸ਼ ਵਿੱਚ ਵਧਿਆ। ਫਿਰ ਜਿਹੜੇ ਹੱਥ ਕੰਡੇ ਵਰਤੇ ਉਹਦੇ ਨਾਲ ਕਿਸਾਨ ਇੰਨੇ ਨਾਰਾਜ਼ ਹੋਏ, ਵਾਇਲੈਂਟ ਹੋਏ ਕਿ ਹਾਂ ਅਸੀਂ ਵੀ ਆਵਾਂਗੇ ਅੰਦੋਲਨ ਦੇ ਵਿੱਚ। ਆ ਤੁਸੀਂ ਦੇਖੋ ਕਿ ਮੈਨੂੰ ਹੁਣੇ ਪਤਾ ਲੱਗਾ ਕਿ ਜਿਹੜੇ ਪੰਜਾਬ ਚੋਂ ਕੁਛ ਲੋਕ ਵਾਪਸ ਜਾ ਰਹੇ, ਕਈ ਚਿਰ ਤੋਂ ਬੈਠੇ ਆ, ਉਹਨਾਂ ਦੀ ਥਾਂ ਦੇ ਉੱਤੇ ਨਵੇਂ ਆ ਰਹੇ ਆ। ਤਾਂ ਹਰਿਆਣੇ ਦੀਆਂ ਲੇਡੀਜ਼ ਜਿਹੜੀਆਂ ਰਾਤ ਲੈ ਕੇ ਖੜੀਆਂ, ਆਹ ਲੈ ਲਓ ਜੇ ਤੁਸੀਂ ਲੜਾਈ ਦੇ ਮੈਦਾਨ ਚੋਂ ਭੱਜਣ ਲੱਗੇ ਜੇ, ਤੇ ਆਹ ਚੂੜੀਆਂ ਲੈ ਜਾਓ, ਕਈ ਵਾਪਸੀ ਆ ਗਏ ਇਸ ਕਰਕੇ ਕਿ ਅਸੀਂ ਚੂੜੀਆਂ ਨਹੀਂ ਲੈਣੀਆਂ। ਤਾਂ ਅੰਦੋਲਨ ਤੇ ਇਸ ਪਾਸੇ ਨੂੰ ਫੈਲਿਆ, ਤਾਂ ਹੁਣ ਦੱਖਣ ਤੱਕ ਅੰਦੋਲਨ ਚਲੇ ਗਿਆ। ਜੇ ਮੋਦੀ ਹੋਰ ਡਿਲੇ ਕਰੂਗਾ, ਹੋਰ ਹੱਥ ਕੰਡੇ ਵਰਤੂਗਾ, ਤੇ ਮੇਰਾ ਖਿਆਲ ਹੈ ਜਿਵੇਂ ਹਰ ਸਾਰੇ ਪਹਿਲੇ ਹੱਥ ਕੰਡੇ ਦੇ ਉਲਟ ਗਏ ਆ, ਇਹ ਵੀ ਉਲਟ ਜਾਣਗੇ। ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਜਿਵੇਂ ਉਹ ਪਹਿਲੀ ਵਾਰ ਬੋਲਿਆ ਕਿ ਇੱਕ ਟੈਲੀਫੋਨ ਮੈਂ ਦੂਰ ਆ ਕਿਸਾਨਾਂ ਤੋਂ, ਆਪ ਕਰੂਗਾ ਮੀਟਿੰਗ, ਕੋਸ਼ਿਸ਼ ਕਰੂਗਾ ਕਿ ਕਾਫੀ ਨੇੜੇ ਹੋ ਜਾਏ ਕਿ ਗੱਲ ਮੰਨੀ ਜਾਵੇ। ਪਰ ਅਸੀਂ ਚਾਹੁੰਦੇ ਹਾਂ ਕਿ ਸਾਰਾ ਕੁਝ ਰੱਦ ਹੋਵੇ। ਦੇਖੋ ਅਗਲੀ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ। ਪ੍ਰਤਾਪ ਸਿੰਘ ਜੀ, ਇੱਕ ਹੋਰ ਚੀਜ਼ ਹੈ ਕਿ ਜਿਸ ਤਰ੍ਹਾਂ ਗਵਰਨਮੈਂਟ ਸਟੇਟ ਜਿਹੜੀ ਹੈ ਉਹ ਨੈਗੇਟਿਵ ਕੰਪੇਨ ਚਲਾ ਰਹੀ ਹੈ ਕਿ ਦੇਖੋ ਜੀ ਇਸ ਮੂਵਮੈਂਟ ਦਾ ਕਿੰਨਾ ਨੁਕਸਾਨ ਹੋ ਰਿਹਾ ਹੈ ਲੋਕਾਂ ਦੇ ਉੱਤੇ, ਸ਼ਹਿਰ ਦੇ ਉੱਤੇ, ਦਿੱਲੀ ਦੇ ਉੱਤੇ, ਦਿੱਲੀ ਦੇ ਜਿਹੜੇ ਆਸ ਪਾਸ ਦੇ ਇਲਾਕੇ ਨੇ ਉਹਨਾਂ ਦੇ ਉੱਤੇ ਕਿੰਨਾ ਨੁਕਸਾਨ ਹੋ ਰਿਹਾ। ਤੇ ਲੇਕਿਨ ਦੂਸਰੀ ਜਗ੍ਹਾ ਅਸੀਂ ਦੇਖਦੇ ਹਾਂ ਇਹ ਜਿਹੜੇ ਕਾਲੇ ਕਾਨੂੰਨ ਨੇ ਇਹਦੇ ਇਹਨਾਂ ਦੇ ਨਾਲ ਪੂਰੇ ਇੰਡੀਆ ਦੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕਿੰਨਾ ਨੁਕਸਾਨ ਹੋਏਗਾ, ਉਹਦੇ ਬਾਰੇ ਤੁਸੀਂ ਵੀ ਦੱਸੋਗੇ ਥੋੜਾ ਜਿਹਾ ਸਾਡੇ ਨਾਜ਼ਰੀਨ ਨੂੰ ਕਿ
ਕਿੰਨਾ ਕਿੰਨਾ ਵੱਡਾ ਨੁਕਸਾਨ ਹੋਏਗਾ ਜੇ ਇਹ ਕਾਲੇ ਕਾਨੂੰਨ ਲਾਗੂ ਹੁੰਦੇ ਨੇ, ਉਹ ਕੀ ਕੀ ਨੁਕਸਾਨ ਉਹਨਾਂ ਨੂੰ ਹੋਰ ਬਰਦਾਸ਼ਤ ਕਰਨਾ ਪਏ? ਦੇਖੋ, ਤਿੰਨ ਕਾਲੇ ਕਾਨੂੰਨ ਹੈ। ਪਹਿਲਾ ਤੇ ਹੈਗਾ MSP ਖਤਮ ਕਰਨਾ ਤੇ ਖੁੱਲੀ ਮੰਡੀ। MSP ਜੇ ਖਤਮ ਹੁੰਦੀ ਆ ਤੇ ਮੰਡੀ ਖੁੱਲੀ ਹੁੰਦੀ ਆ, ਤੇ ਇਹ ਵੱਡੀਆਂ ਕੰਪਨੀਆਂ ਤੇ ਮੋਨੋਪੋਲਿਸਟ ਘਰਾਣੇ ਆ ਜਾਂਦੇ ਆ ਮੰਡੀ ਦੇ ਵਿੱਚ। ਇੱਕ ਗੱਲ ਇਹ ਸ਼ੋਰ ਹੈ ਕਿ ਪਹਿਲੇ ਝਟਕੇ ਹੀ ਕਿਸਾਨਾਂ ਨੂੰ ਜਿਹੜੀ ਮਿਲਣ ਵਾਲਾ ਜਿਣਸਾਂ ਦੇ ਭਾਅ ਸੀ ਉਹ 50% ਥੱਲੇ ਆ ਜਾਣਗੇ। ਇਹ ਮੇਰਾ ਮੈਨੂੰ ਮੇਰਾ ਦਾਅਵਾ ਇਹ, ਤੇ ਬਹੁਤ ਬੁਰੀ ਤਰ੍ਹਾਂ ਰੋਲਣਗੇ ਕਿਸਾਨਾਂ ਨੂੰ ਮੰਡੀਆਂ ਵਿੱਚ। ਦੂਜਾ ਜਿਹੜਾ ਹੈਗਾ ਕਿ ਜਿਹੜਾ ਜ਼ਰੂਰੀ ਸੇਵਾਵਾਂ ਜ਼ਰੂਰੀ ਵਸਤਾਂ ਸੋਧ ਬਿੱਲ ਹੈ, ਉਹਦੇ ਵਿੱਚ ਜੇ ਇਹਨਾਂ ਨੂੰ ਜ਼ਖੀਰੇਬਾਜ਼ੀ ਕਰਨ ਤੇ ਬਲੈਕ ਮਾਰਕੀਟਿੰਗ ਦਾ ਜਿਹੜਾ ਲੀਗਲ ਅਧਿਕਾਰ ਦੇ ਦਿੱਤਾ ਗਿਆ, ਤਾਂ ਮੈਂ ਤਾਂ ਕਹਿੰਦਾ ਜਿੱਦਣ ਇੱਥੋਂ ਅਸੀਂ ਉੱਠ ਕੇ ਚਲੇ ਗਏ, ਜੇ ਮੰਨ ਲਓ ਕਿ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉੱਠ ਕੇ ਚਲੇ ਜਾਂਦੇ ਹਾਂ, ਇਹ ਬਿੱਲ ਰੱਦ ਨਹੀਂ ਹੁੰਦਾ, ਕਾਨੂੰਨ ਰੱਦ ਨਹੀਂ ਹੁੰਦਾ, ਤਾਂ ਇੱਥੇ ਆਟਾ ਹੀ 100 ਰੁਪਏ ਕਿਲੋ ਹੋਜੂ ਉੱਥੇ ਦੇਣੀ। ਜਿੱਦਣ ਇਹ ਬਿੱਲ ਤੋਂ ਐਕਟ ਬਣਿਆ ਸੀ ਪਾਰਲੀਮੈਂਟ ਦੇ ਵਿੱਚ, ਤੇ 7 ਦਿਨ ਦੇ ਵਿੱਚ ਵਿੱਚ 10 ਰੁਪਏ ਵਾਲੇ ਆਲੂ ਜਿਹੜੇ ਆ ਉਹ 50 ਰੁਪਏ ਕਿਲੋ ਲੋਕਾਂ ਨੂੰ ਲੈਣੇ ਪਏ ਸੀ, ਟਮਾਟਰ ਗੰਢੇ, ਤਾਂ ਹੁਣ ਤਾਂ ਅੰਦੋਲਨ ਕਰਕੇ ਰੁਕਿਆ ਹੋਇਆ। ਤੀਜਾ ਜਿਹੜਾ ਕਾਰਪੋਰੇਟ ਖੇਤੀ ਵਾਲਾ, ਉਹ ਤਾਂ ਇੱਥੇ ਅੱਗੇ ਜਿੱਥੇ ਵੀ ਇਹਨਾਂ ਨੇ ਥੋੜਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਬੜੇ ਮਾੜੇ ਨਤੀਜੇ ਨਿਕਲੇ ਆ। ਉੱਥੇ ਜਿਹੜੀਆਂ ਫਸਲਾਂ ਬਿਜਵਾ ਕੇ ਪਹਿਲਾਂ ਕਿਸਾਨਾਂ ਦੀਆਂ ਦੇ ਮੁੜ ਕੇ ਕਹਿਤਾ ਇਹਦੀ ਸ਼ਕਲ ਠੀਕ ਨਹੀਂ ਹੈਗੀ, ਇਹਦੀ ਜਿਹੜੀ ਹੈਗੀ ਆ ਜਿਹੜੀ ਵਨਗੀ ਹੈ ਇਹਦੀ ਵਰਾਇਟੀ ਜਿਹੜੀ ਆ ਉਹ ਨਹੀਂ ਠੀਕ ਤਰ੍ਹਾਂ ਦੀ, ਤਾਂ ਇਹ ਪੂਰਾ ਜੋ ਅਸੀਂ ਕਿਹਾ ਸੀ ਉਸ ਤਰ੍ਹਾਂ ਨਾਲ ਤੁਹਾਡਾ ਆਊਟਪੁੱਟ ਹੈ ਨਹੀਂ ਟਮਾਟਰਾਂ ਦੀ ਜਾਂ ਆਲੂਆਂ ਦੀ ਜਿੱਥੇ ਵੀ ਇਹਨਾਂ ਕੀਤਾ। ਤੇ ਇਹ ਤਿੰਨੇ ਕਾਨੂੰਨ ਇੰਨੇ ਮਾੜੇ ਆ ਕਿ ਇੱਕ ਤਾਂ ਕਿਸਾਨ ਪਹਿਲਾਂ ਬਰਬਾਦ ਹੋਣਗੇ, ਫਿਰ ਜ਼ਮੀਨਾਂ ਦਾ ਪੱਕੀਆਂ ਲੈ ਜਾਣਗੇ। ਰਾਈਟ ਟੂ ਕੋਰਟ ਖਤਮ ਕਰਕੇ ਐਗਰੀਮੈਂਟ ਕਰ ਲਓ, ਐਗਰੀਮੈਂਟ ਦਾ ਕੀ ਫਾਇਦਾ, ਉਹ ਕਾਗਜ਼ ਦਾ ਟੁਕੜਾ, ਜੇ ਉਹਦੇ ਨਾਲ ਤੁਸੀਂ ਜਾ ਕੇ ਅਦਾਲਤ 'ਚ ਕੇਸ ਨਹੀਂ ਕਰ ਸਕਦੇ। ਜੇ ਰਾਈਟ ਟੂ ਕੋਰਟ ਦੇ ਵੀ ਦੇਣ ਤਾਂ ਇੱਕ 2-3-4-5 ਕਿੱਲੇ ਵਾਲਾ ਜਿਹੜਾ ਕਿਸਾਨ ਹੈ ਉਹ ਕਿਸੇ ਵੱਡੀ ਕੰਪਨੀ ਨਾਲ ਅਦਾਲਤ 'ਚ ਕਿੰਨੇ ਸਾਲ ਲੜ ਸਕਦਾ? ਇਸ ਕਰਕੇ ਇਹ ਇੱਕ ਖੇਤੀਬਾੜੀ ਦਾ ਉਜਾੜਾ ਹੈ, ਕਿਸਾਨਾਂ ਦੀ ਮੌਤ ਦੇ ਵਾਰੰਟ ਹੈ। ਇਹ ਕਿਸੇ ਵੀ ਤਰ੍ਹਾਂ ਦੇ ਲਾਗੂ ਹੁੰਦੇ ਆ ਤਾਂ ਇੱਥੇ ਕਰੋੜਾਂ ਕਿਸਾਨ ਜਿਹੜੇ ਆ ਉਹ ਸੜਕਾਂ 'ਤੇ ਆ ਜਾਣਗੇ। ਕਰੋੜਾਂ ਕਿਸਾਨ ਸੜਕਾਂ ਤੇ ਆ ਜਾਣਗੇ, ਔਰ ਦੂਸਰਾ ਇਹ ਕਿ ਆਮ ਜਿਹੜੀ ਜਨਤਾ ਹੈ ਉਹਨਾਂ ਨੂੰ ਮਹਿੰਗੀਆਂ ਮਹਿੰਗੀਆਂ ਸੇਵਾਵਾਂ ਮਿਲਣਗੀਆਂ ਜਿਹੜਾ ਕਿ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ। ਔਰ ਪਹਿਲਾਂ ਹੀ ਇੰਨੀ ਗੁਰਬਤ ਤੇ ਇੰਨੀ ਭੁੱਖ ਲੰਘੇਗੀ, ਤੇ ਜੇ ਚੀਜ਼ਾਂ ਮਹਿੰਗੀਆਂ ਹੋਣਗੀਆਂ ਤੇ ਆਮ ਜਨਤਾ ਜਿਹੜੀ ਹੈ ਉਹ ਵੀ ਜਿਹੜੀ ਹੈ ਨਾ ਉਹ ਮਜ਼ੀਦ ਭੁੱਖ ਲੰਘ ਜਿਹੜੀ ਹੈ ਉਹ ਵਧੇਗੀ ਪੂਰੇ ਇੰਡੀਆ 'ਚ ਇਸ ਕਾਲੇ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ। ਅੱਛਾ ਜੀ, ਜਤਾਰ ਸਿੰਘ ਜੀ, ਤੁਸੀਂ ਇਹ ਦੱਸੋ ਕਿ ਹੁਣ ਅੱਗੇ ਕੀ ਲਾਇਆ ਅਮਲ ਹੈ ਇਸ ਮੂਵਮੈਂਟ ਦਾ, ਲੀਡਰਾਂ ਦਾ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਹ ਮੂਵਮੈਂਟ ਅੱਗੇ ਕੀ ਕਰੇਗੀ ਜਾਏਗੀ? ਪਹਿਲਾਂ ਤਾਂ ਅਸੀਂ ਜੀ ਕਾਲ ਦਿੱਤੀ ਆ ਕਿ ਕਿਸਾਨੋ ਤਕੜੇ ਹੋ ਕੇ ਆਓ, ਤੇ 2 ਤਰੀਕ ਨੂੰ ਅਸੀਂ ਵੱਡਾ ਇਕੱਠ ਜਿਹੜਾ ਕਰਨਾ ਚਾਹੁੰਦੇ ਹਾਂ ਉਹਦਾ ਐਲਾਨ ਅਸੀਂ ਕਰ ਦਿੱਤਾ। ਉਹਦੇ ਨਾਲ ਹੀ ਅਸੀਂ ਉਸ ਇਕੱਠ ਵਿੱਚ ਐਲਾਨ ਕਰਾਂਗੇ ਕਿ ਚੱਲ ਰਹੇ ਪਾਰਲੀਮੈਂਟ ਦੇ ਬਜਟ ਸੈਸ਼ਨ ਦੇ ਵਿੱਚ ਅਸੀਂ ਆਪਣਾ ਰੋਸ ਪ੍ਰਗਟਾਉਣ ਲਈ ਪਾਰਲੀਮੈਂਟ ਹਾਊਸ ਦੇ ਵੱਲ ਨੂੰ ਜਾਣਾ ਆ ਜਾਂ ਹੋਰ ਤਰ੍ਹਾਂ ਦਾ ਕੋਈ ਰੋਸ ਕਰਨਾ। ਅਸੀਂ ਇਸ ਬਜਟ ਸੈਸ਼ਨ ਦੇ ਵਿੱਚ ਆਪਣਾ ਰੋਸ ਪ੍ਰਗਟਾਵਾ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਦੇ ਨਾਲ ਕਰਾਂਗੇ ਜੀ। ਜੀ ਜ਼ਬਰਦਸਤ। ਅੱਛਾ, 2 ਫਰਵਰੀ ਜਿਹੜਾ ਇਕੱਠ ਹੋ ਰਿਹਾ ਹੈ ਤੇ ਉੱਥੇ ਕਿਸਾਨਾਂ ਦੀ ਸਾਰੀ ਜਥੇਬੰਦੀਆਂ ਆਉਣਗੀਆਂ, ਉਹ ਫੈਸਲਾ ਕਰਨਗੀਆਂ ਕਿ ਅੱਗੇ ਕੀ ਕਰਨਾ ਹੈ। ਔਰ ਅਸੀਂ ਜਿਹੜਾ ਸਾਡਾ ਸੰਯੁਕਤ ਕਿਸਾਨ ਮੋਰਚਾ ਹੈ ਜਿਹਦੇ ਵਿੱਚ ਸਾਰੇ ਦੇਸ਼ ਦੇ ਕਿਸਾਨ ਨੁਮਾਇੰਦੇ ਸ਼ਾਮਿਲ ਨੇ, ਉਹਦੀ ਅਸੀਂ ਸਾਂਝੀ ਮੀਟਿੰਗ ਕਰਦੇ ਹਾਂ ਤੇ ਉਹਦੇ ਵਿੱਚ ਫੈਸਲਾ ਕਰਦੇ ਹਾਂ ਤੇ ਉਹਦੇ ਵਿੱਚ ਏਜੰਡਾ ਸਾਡਾ ਲੱਗਾ ਹੋਇਆ। ਪਹਿਲਾਂ ਅਸੀਂ 1 ਫਰਵਰੀ ਨੂੰ ਪੈਦਲ ਮਾਰਚ ਕਰਨਾ ਸੀ, ਅਸੀਂ ਸ਼ਾਇਦ 2 ਜਾਂ 3 ਦਿਨ 'ਚ ਤੁਰ ਕੇ ਪਾਰਲੀਮੈਂਟ ਤੱਕ ਜਾਂਦੇ ਜਾਂ ਜਿੱਥੋਂ ਤੱਕ ਸਾਨੂੰ ਇਹ ਜਾਣ ਦਿੰਦੇ, ਪਰ 26 ਦੀਆਂ ਘਟਨਾਵਾਂ ਨੇ ਸਾਨੂੰ ਉਹ ਸਾਡਾ ਜਿਹੜਾ ਅੰਦੋਲਨ ਦੀ ਮਿਥੀ ਤਰੀਕ ਸੀ ਉਹ ਮੁਲਤਵੀ ਕਰਨੀ ਪਈ। ਉਹ ਸਿਰਫ ਅਸੀਂ ਮੁਲਤਵੀ ਕੀਤੀ ਆ, ਉਹਦੀ ਰੂਪ ਰੇਖਾ ਕਿੱਦਾਂ ਦੀ ਹੋਊਗੀ ਤੇ ਉਹ ਤਰੀਕ ਕਿਹੜੀ ਹੋਊਗੀ ਇਹ ਮੇਰਾ ਖਿਆਲ ਹੈ 2 ਨੂੰ ਅਸੀਂ ਐਲਾਨ ਕਰ ਦਾਂਗੇ।
ਜਗਤਾਰ ਸਿੰਘ ਜੀ, ਅਸੀਂ ਅੱਗੇ ਜਿਹੜੇ ਟ੍ਰੇਡ ਇੰਡੀਆ ਦੇ ਟ੍ਰੇਡ ਯੂਨੀਅਨ ਲੀਡਰਸ ਨੇ, ਵਰਕਰਸ ਦੇ ਟ੍ਰੇਡ ਯੂਨੀਅਨ ਲੀਡਰਸ ਨੇ ਕੁਝ ਸੈਕਟਰਸ ਦੇ, ਉਹਨਾਂ ਦੇ ਨਾਲ ਵੀ ਅਸੀਂ ਇੰਟਰਵਿਊ ਪਲਾਨ ਕਰ ਰਹੇ ਹਾਂ। ਤੁਹਾਡਾ ਕੋਈ ਪੈਗਾਮ ਹੋਏਗਾ ਉਹਨਾਂ ਲੀਡਰਾਂ ਦੇ, ਜਿਹੜੇ ਟ੍ਰੇਡ ਯੂਨੀਅਨ ਦੇ ਲੀਡਰ ਨੇ, ਜਿਹੜੇ ਵਰਕਰਾਂ ਦੇ ਲੀਡਰ ਨੇ, ਜਿਹੜੇ ਫੈਕਟਰੀਆਂ ਦੇ, ਜਿਹੜੇ ਇੰਡਸਟਰੀਆਂ ਤੇ, ਪਬਲਿਕ ਸੈਕਟਰ, ਸਰਕਾਰੀ ਦਫ਼ਤਰਾਂ ਦੇ ਜਿਹੜੇ ਯੂਨੀਅਨ ਉੱਥੇ ਕੰਮ ਕਰ ਰਹੀਆਂ ਨੇ, ਉਹਨਾਂ ਦੇ ਲੀਡਰ ਜਾਂ ਉਹਨਾਂ ਦੇ ਵਰਕਰ, ਉਹਨਾਂ ਵਾਸਤੇ ਤੁਸੀਂ ਕੋਈ ਪੈਗਾਮ ਦੇਣਾ ਚਾਹੋਗੇ? ਮੈਂ ਪਿਛਲੀ ਇੰਟਰਵਿਊ ਵਿੱਚ ਵੀ ਕਿਹਾ ਸੀ ਕਿ ਜਿਹੜੀਆਂ ਟ੍ਰੇਡ ਯੂਨੀਅਨਾਂ ਅਜੇ ਵੇਟ ਕਰ ਰਹੀਆਂ ਹੈ, ਕਿਉਂਕਿ ਅਸਲ ਦੇ ਵਿੱਚ ਜਿਹੜੇ ਆਏ ਨੇ ਕਾਨੂੰਨ ਜਿਹੜੇ ਪਾਸ ਹੋਏ ਨੇ, ਉਹ ਜਿਵੇਂ ਖੇਤੀਬਾੜੀ ਦੇ ਵਿੱਚ ਬੜੇ ਮਾੜੇ ਆਏ ਆ, ਉਹ ਫੈਕਟਰੀਆਂ ਦੇ ਅੰਦਰ ਵੀ ਬਹੁਤ ਹੀ ਮਾੜੇ ਆਏ ਆ, ਤੇ ਉਹ ਮਜ਼ਦੂਰਾਂ ਦੀ ਸ਼ਾਂਤੀ, ਮਜ਼ਦੂਰਾਂ ਦੀਆਂ ਵੇਜਸ ਤੇ ਹਮਲਾ, ਉਹਨਾਂ ਦੇ ਰਾਈਟ ਟੂ ਵਰਕ ਤੇ ਬਹੁਤ ਕੁਛ ਜਿਹੜਾ ਹੈ ਉਹ ਉਹਨਾਂ ਦੇ ਖਿਲਾਫ ਕਰ ਦਿੱਤਾ ਗਿਆ। ਉਹਦੇ ਚ ਬਹੁਤ ਜਿਹੜੀਆਂ ਤਬਦੀਲੀਆਂ ਕੀਤੀਆਂ ਹੈ ਤੇ ਟ੍ਰੇਡ ਯੂਨੀਅਨ ਰਾਈਟਸ ਖਤਮ ਕੀਤੇ ਆ, ਤੇ ਉਹਨਾਂ ਨੂੰ ਚਾਹੀਦਾ ਸੀ ਸਾਡੇ ਨਾਲ ਸਾਂਝਾ ਫਰੰਟ ਬਣਾਉਣਾ। ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਕਿਉਂ ਨਹੀਂ ਬਣਾ ਰਹੇ, ਉਹ ਬਹੁਤ ਨੁਕਸਾਨ ਉਠਾਉਣਗੇ। ਕਿਸਾਨ ਤਾਂ ਇਸ ਅੰਦੋਲਨ ਚੋਂ ਜੇ 100% ਨਹੀਂ ਤਾਂ ਕਾਫੀ ਕੁਛ ਲੈ ਡਿੱਗਣਗੇ ਅੱਜ ਵੀ, ਕਿਉਂਕਿ ਅਸੀਂ ਸਮਝਦੇ ਹਾਂ ਕਿ ਟ੍ਰੇਡ ਯੂਨੀਅਨ ਵਾਲਾ ਮਸਲਾ ਨਹੀਂ ਗਾ ਜਿਹੜਾ ਜ਼ਮੀਨੀ ਜਿਹੜੇ ਕਾਨੂੰਨ ਆ, ਨਹੀਂ ਤਾਂ ਅੱਜ ਵੀ ਸਰਕਾਰ ਸਾਨੂੰ ਕਿੰਨਾ ਕੁਛ ਦੇਣ ਲਈ ਤਿਆਰ ਹੈ। 2 ਕਾਨੂੰਨ ਰੱਦ ਕਰ ਦਿੱਤੇ ਆ, MSP ਦੀ ਲੀਗਲ ਗਰੰਟੀ ਦੇਣ ਨੂੰ ਤਿਆਰ ਹੈ, ਕਾਨੂੰਨ ਅੱਗੇ ਪਾਉਣ ਨੂੰ ਤਿਆਰ ਹੈ, ਪਹਿਲਾਂ 1.5 ਸਾਲ ਸੀ ਸ਼ਾਇਦ, ਇਹਦੀ ਮਿਆਰ ਵਧਾਉਣ ਨੂੰ ਵੀ ਤਿਆਰ ਨੇ, ਵੀ ਹੋਰ ਅੱਗੇ ਕਰ ਦਿੰਦੇ ਆ। ਪਰ ਟ੍ਰੇਡ ਯੂਨੀਅਨ ਜੇ ਸਾਡੇ ਨਾਲ ਰਲ ਕੇ ਨਹੀਂ ਲੜੀਆਂ ਤਾਂ ਮਜ਼ਦੂਰਾਂ ਦਾ ਵੱਡਾ ਨੁਕਸਾਨ ਹੋਊਗਾ, ਇਹ ਦਿਖਦਾ ਹੈ। ਅਸੀਂ ਅਪੀਲ ਕਰਦੇ ਉਹਨਾਂ ਨੂੰ ਕਿ ਉਹ ਸਾਡੇ ਨਾਲ ਆਣ ਕੇ ਕਿਉਂ ਨਹੀਂ ਸਾਂਝਾ ਫਰੰਟ ਬਣਾਉਂਦੇ, ਤੇ ਕਿਉਂ ਨਹੀਂ ਇਸ ਲੜਾਈ ਨੂੰ ਜਿਹੜੀ ਆ ਕਿਸਾਨ ਮਜ਼ਦੂਰ ਤੇ ਅਜੇ ਸ਼ਹਿਰਾਂ ਵਾਲੇ ਜਿਹੜੇ ਆ ਉਹ ਵੇਖ ਰਿਹਾ ਕਿ ਸ਼ਾਇਦ ਇਹ ਕਿਸਾਨਾਂ ਦਾ ਹੀ ਘੋਲ ਹੈ, ਕਿਸਾਨਾਂ ਦੇ ਖਿਲਾਫ਼ ਹੀ ਕਾਨੂੰਨ ਪਾਸ ਹੋਏ, ਉਹਨਾਂ ਨੂੰ ਪਤਾ ਹੀ ਨਹੀਂ ਕਿ ਰੋਜ਼ ਮਰਿਆ ਜ਼ਿੰਦਗੀ ਦੀਆਂ ਚੀਜ਼ਾਂ ਉਹਨਾਂ ਨੇ ਲੈਣੀਆਂ ਮੁਸ਼ਕਿਲ ਹੋ ਜਾਣਗੀਆਂ, ਔਰ ਮੱਧ ਵਰਗ ਜਿਹੜਾ ਉਹਦੇ ਉੱਤੇ ਬਹੁਤ ਮਾੜਾ ਅਸਰ ਪੈਣ ਵਾਲਾ। ਤਾਂ ਇਹ ਸਾਂਝੇ ਫਰੰਟ ਲਈ ਲੋਕ ਸਪੋਰਟ ਦਿੱਤੀ ਹੈ, ਉਹ ਚਾਹੁੰਦੇ ਆ ਕਿ ਅਸੀਂ ਜਿੱਤ ਜਾਈਏ, ਪਰ ਉਹ ਸਾਂਝਾ ਫਰੰਟ ਨਾ ਬਣਨਾ ਸਾਡੇ ਲਈ ਵੀ ਨੁਕਸਾਨਦੇਹ ਆ, ਤੇ ਸਾਡੇ ਨਾਲੋਂ ਜ਼ਿਆਦਾ ਟ੍ਰੇਡ ਯੂਨੀਅਨਾਂ ਦੇ ਨੁਕਸਾਨਦੇਹ ਆ। ਜੀ ਦਤਾਰ ਸਿੰਘ ਜੀ, ਤੁਹਾਡਾ ਇਹ ਪੈਗਾਮ ਜ਼ਰੂਰ ਅਸੀਂ ਪਹੁੰਚਾਵਾਂਗੇ ਜਿਹੜੇ ਇੰਡੀਆ ਦੇ ਟ੍ਰੇਡ ਯੂਨੀਅਨਸ ਨੇ ਤੇ ਵਰਕਰ ਨੇ ਉਹਨਾਂ ਦੇ ਅੱਗੇ। ਤੇ ਦਤਾਰ ਸਿੰਘ ਜੀ, ਤੁਸੀਂ ਕੀ ਸਮਝਦੇ ਹੋ, ਕਿਉਂਕਿ ਟ੍ਰੇਡ ਯੂਨੀਅਨਸ ਨੇ ਇੱਕ ਦਿਨ ਦੀ ਹੜਤਾਲ ਕੀਤੀ ਸੀ ਜਿਹਦੇ ਵਿੱਚ ਤਕਰੀਬਨ 200 ਮਿਲੀਅਨ ਤੋਂ ਲਗਭਗ ਨਿਕਲੇ ਸੀ ਸਾਰੇ ਵਰਕਰਸ, ਇੱਕ ਦਿਨ ਦੀ ਹੜਤਾਲ ਕੀਤੀ, ਫਿਰ ਘਰੋ ਘਰੀ ਚਲੇ ਗਏ। ਲੇਕਿਨ ਅਸੀਂ ਦੇਖਦੇ ਹਾਂ ਉਸ ਤੋਂ ਬਾਅਦ ਵੀ ਮੋਦੀ ਨੇ ਐਂਟੀ ਟ੍ਰੇਡ ਯੂਨੀਅਨ, ਜਿਹੜੇ ਐਂਟੀ ਵਰਕਰ ਬਿੱਲ ਪਾਸ ਕੀਤੇ, ਤਿੰਨ ਕਿਸਮ ਦੇ ਜਾਂ 4 ਕਿਸਮ ਦੇ। ਤੇ ਤੁਸੀਂ ਕੀ ਸਮਝਦੇ ਹੋ, ਇਹ ਜਿਹੜਾ ਜਨਰਲ ਸਟ੍ਰਾਈਕ ਹੈ, ਇਨਡੈਫੀਨੇਟ ਜਨਰਲ ਸਟ੍ਰਾਈਕ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਜਦੋਂ ਤੱਕ ਇਹ ਕੰਮ ਨਹੀਂ ਹੋਵੇ, ਮੋਦੀ ਜਿਹੜਾ ਸਾਰੇ ਵਰਕਰ ਦੇ ਤੇ ਕਿਸਾਨਾਂ ਦੇ ਬਿੱਲ ਵਾਪਸ ਨਾ ਲਵੇ, ਅਸੀਂ ਕੰਮ ਤੇ ਨਹੀਂ ਜਾਵਾਂਗੇ? ਤੁਸੀਂ ਸਮਝਦੇ ਹੋ ਇਹ ਸਟ੍ਰੈਟੇਜੀ ਠੀਕ ਰਹੇਗੀ? ਦੇਖੋ, ਅਸੀਂ ਤੇ ਸਮਝਦੇ ਕਿ ਉਹ ਇੰਨੇ ਲੇਟ ਹੋਏ ਆ, ਜੇ ਉਹ ਪਹਿਲਾਂ ਸਾਡੇ ਨਾਲ ਆ ਜਾਂਦੇ ਜਨਰਲ ਸਟ੍ਰਾਈਕ ਹੁੰਦੀ, ਮਜ਼ਦੂਰ ਖਾਸ ਕਰਕੇ ਜਿਹੜੇ ਛੋਟੇ ਦੁਕਾਨਦਾਰ, ਵਪਾਰੀ, ਮੱਧ ਵਰਗ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਇਹ ਸਾਰੀਆਂ ਨੂੰ ਸਾਡੇ ਨਾਲ ਆਣ ਕੇ ਇੱਥੇ ਸਾਂਝਾ ਫਰੰਟ ਬਣਾਉਣਾ ਚਾਹੀਦਾ ਸੀ, ਤੇ ਦੇਸ਼ ਵਿਆਪੀ ਫਰੰਟ ਬਣਾ ਕੇ ਤਾਂ ਐਡਾ ਵੱਡਾ ਅੰਦੋਲਨ ਲੜਨਾ ਚਾਹੀਦਾ ਹੈ ਜਿਹਦੇ ਨਾਲ ਮੋਦੀ ਸਰਕਾਰ ਹੁਣ ਤੱਕ ਰਹਿਣੀ ਨਹੀਂ ਸੀ ਚਾਹੀਦੀ। ਇਹ ਜਿਹੜਾ ਉਹਨਾਂ ਨੇ ਬਾਹਰ ਬੈਠ ਕੇ ਸਾਡੀ ਸਪੋਰਟ ਕੀਤੀ ਆ, ਹਾਲਾਂਕਿ ਆਪ ਅੰਦਰ ਆਏ ਨੇ, ਇੱਕ ਸਾਂਝਾ ਫਰੰਟ ਬਣਿਆ ਨਹੀਂ, ਇਹਦਾ ਬਹੁਤ ਸਾਰਾ ਨੁਕਸਾਨ ਉਹਨਾਂ ਨੂੰ ਹੋਊਗਾ, ਸਾਨੂੰ ਵੀ ਨੁਕਸਾਨ ਹੋ ਰਿਹਾ, ਅਸੀਂ ਇਕੱਲੇ ਲੜ ਰਹੇ ਹਾਂ। ਪਰ ਦੇਸ਼ ਦੇ ਅੰਦਰ ਇੱਕ ਸਮਾਂ ਸੀ ਜਦੋਂ ਸਾਮਰਾਜੀ ਹਮਲੇ ਨੂੰ ਇਕੱਠੇ ਹੋ ਕੇ ਪੂਰੇ ਭਾਰਤ ਦੇ ਲੋਕ ਜਿਹੜੇ ਆ ਟੱਕਰ ਦਿੰਦੇ, ਤਾਂ ਅੱਗੇ ਤੋਂ ਛੇਤੀ ਕੀਤਿਆਂ ਇਹੋ ਜਿਹੇ ਕਾਨੂੰਨ ਪਾਸ ਕਰਨ ਦੀ ਜ਼ਰੂਰਤ ਨਹੀਂ ਸੀ ਪੈਣੀ। ਇਹ ਬਹੁਤ ਭੁੱਲ ਹੋਈ ਆ ਉਹਨਾਂ ਸਾਰੇ ਵਰਗਾਂ ਕੋਲ ਜਿਹੜੇ ਸਾਡੇ ਨਾਲ ਸਾਂਝੀ ਲੜਾਈ ਚ ਸ਼ਾਮਿਲ ਨਹੀਂ ਹੋਏ। ਸਪੋਰਟ ਕੀਤੀ ਆ, ਅਸੀਂ ਧੰਨਵਾਦੀ ਆ, ਪਰ ਸਾਂਝਾ ਫਰੰਟ ਬਣਾਉਣ ਲਈ ਨਹੀਂ ਆਏ। ਇਹ ਬਹੁਤ ਹੀ ਉਹਨਾਂ ਵੱਲੋਂ ਜਿਹੜੀ ਆ ਉਹ ਗਲਤੀ ਹੋਈ ਆ, ਇਹਦਾ ਖਮਿਆਜ਼ਾ ਦੇਸ਼ ਦੇ ਲੋਕ ਭੁਗਤਣਗੇ। ਜੀ ਬਿਲਕੁਲ, ਤੁਸੀਂ ਠੀਕ ਕਿਹਾ, ਇਹਦਾ ਖਮਿਆਜ਼ਾ ਦੇਸ਼ ਦੇ ਲੋਕ ਵੀ ਭੁਗਤਣਗੇ ਤੇ ਵਰਕਰਸ ਵੀ ਭੁਗਤਣਗੇ ਆਉਣ ਵਾਲੇ ਦਿਨਾਂ ਵਿੱਚ। ਤੇ
ਅਸੀਂ ਤੁਹਾਡਾ ਪੈਗਾਮ ਜ਼ਰੂਰ ਉਹਨਾਂ ਨੂੰ ਪਹੁੰਚਾਵਾਂਗੇ। ਦਤਾਰ ਸਿੰਘ ਜੀ, ਆਖਰ ਵਿੱਚ ਤੁਸੀਂ ਜਿਹੜੇ ਇੰਟਰਨੈਸ਼ਨਲ ਵਰਕਰ ਨੇ, ਜਿਹੜੇ ਤੁਸੀਂ ਗੱਲਾਂ ਕੀਤੀਆਂ ਕਿ ਵਿਦੇਸ਼ੀ ਕੰਪਨੀਆਂ ਦਾ ਬੜਾ ਹੱਥ ਏ ਉਹਦੇ, ਉਹ ਜਿਹੜੇ ਨੇ ਟਾਟਾ ਅੰਬਾਨੀ ਤੇ ਅਡਾਨੀ ਦੇ ਨਾਲ ਮਿਲ ਕੇ ਪੂਰੇ ਇੰਡੀਆ ਵਿੱਚ ਜਿਹੜਾ ਨਾ ਆਪਣਾ ਇੱਕ ਇਨਫਲੂਐਂਸ ਕਾਇਮ ਕੀਤਾ ਹੈ, ਤੇ ਅਸੀਂ ਦੇਖਦੇ ਹਾਂ ਕਿ ਬਾਹਰ ਦੇ ਜਿਹੜੇ ਕੰਟਰੀਜ਼ ਨੇ ਇਹਨਾਂ ਦੀ ਇੱਥੇ ਵੀ ਤਹਿਰੀਕਾਂ ਉੱਠ ਰਹੀਆਂ ਨੇ ਬਹੁਤ ਜ਼ਿਆਦਾ। ਇੱਥੇ ਵੀ ਮਜ਼ਦੂਰ ਜਿਹੜੇ ਨੇ ਉਹ ਤਨਖਾਹਾਂ ਦੇ ਉੱਤੇ, ਇੱਥੇ ਆਪਣੇ ਮਸਾਇਲ ਦੇ ਉੱਤੇ, ਮਸਲਿਆਂ ਦੇ ਉੱਤੇ ਹੜਤਾਲਾਂ ਕਰ ਰਹੇ ਨੇ, ਇੱਥੇ ਮੂਵਮੈਂਟਸ ਉੱਠ ਰਹੀਆਂ ਨੇ, ਤੇ ਤੁਸੀਂ ਕੋਈ ਪੈਗਾਮ ਦੇਣਾ ਚਾਹੋਗੇ ਇਹ ਤਮਾਮ ਜਿਹੜੇ ਵਰਕਰ ਇਸ ਟਾਈਮ ਦੇਖ ਰਹੇ ਨੇ, ਇੰਡੀਆ ਦੀ ਸੂਰਤ ਹਾਲ ਦੇਖ ਰਹੇ ਨੇ, ਕਿਸਾਨਾਂ ਦੀ ਸੂਰਤ ਹਾਲ ਦੇਖ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਮੈਂ ਉਹਨਾਂ ਨੂੰ ਇਹ ਪੈਗਾਮ ਦੇਣਾ ਚਾਹੁੰਦਾ ਜੀ ਕਿ ਜਿਹੜਾ ਪ੍ਰਬੰਧ ਹੈ, ਸਰਮਾਏਦਾਰੀ ਸਾਮਰਾਜੀ ਪ੍ਰਬੰਧ, ਜਿਹਦੇ ਚ ਮੋਨੋਪੋਲਿਸਟ ਤੇ ਮਲਟੀਨੈਸ਼ਨਲ ਕੰਪਨੀਆਂ ਕੰਟਰੋਲ ਕਰ ਰਹੀਆਂ ਸਾਰੀ ਦੁਨੀਆ ਨੂੰ ਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਲੁੱਟ ਰਹੇ ਆ ਤੇ ਲੁੱਟ ਵਧਾਈ ਜਾ ਰਹੇ ਆ, ਇਸ ਪ੍ਰਬੰਧ ਦੇ ਵਿੱਚ ਕੋਈ ਜਿਹੜੇ ਪਛੜੇ ਦੇਸ਼ਾਂ ਦੇ ਲੋਕ ਆ ਉਹਨਾਂ ਦੀ ਲੁੱਟ ਤੇ ਜ਼ਿਆਦਾ ਹੋ ਰਹੀ ਹੈ, ਪਰ ਇਹ ਆਪਣੇ ਦੇਸ਼ ਦੇ ਲੋਕਾਂ ਨੂੰ ਵੀ ਨਹੀਂ ਬਖਸ਼ ਰਿਹਾ ਹੈ, ਭਾਵੇਂ ਇੱਥੋਂ ਦੀ ਕੀਤੀ ਹੋਈ ਲੁੱਟ ਨਾਲ ਉਹਨਾਂ ਨੂੰ ਕੋਈ ਸਹੂਲਤਾਂ ਦੇ ਰਿਹਾ, ਇੱਥੋਂ ਨਾਲ ਵੱਧ ਤਾਂ ਹੀ ਸਾਡੇ ਬੱਚੇ ਬਾਹਰ ਨੂੰ ਭੱਜੇ ਜਾ ਰਹੇ ਆ। ਅਲਟੀਮੇਟਲੀ ਇਸ ਪ੍ਰਬੰਧ ਦੇ ਮੰਦਵਾੜੇ ਨੇ, ਇਸ ਪ੍ਰਬੰਧ ਦੇ ਅੰਦਰ ਦੀਆਂ ਖਰਾਬੀਆਂ ਨੇ, ਇਹਨਾਂ ਦੇਸ਼ਾਂ ਦੇ ਲੋਕਾਂ ਨੂੰ ਵੀ ਬਹੁਤ ਭੈੜੀ ਬੇਰੁਜ਼ਗਾਰੀ ਤੇ ਮੰਦਹਾਲੀ ਚ ਧੱਕਣਾ, ਤੇ ਇਹ ਜਦ ਤੱਕ ਇਹ ਜਮਾਤ ਜਿਉਂਦੀ ਹੈ ਤਾਂ ਬਾਕੀ ਵਰਗ ਜਿਹੜੇ ਆ ਉਹ ਚੱਜ ਨਾਲ ਜੂ ਨਹੀਂ ਸਕਦੇ। ਇਸ ਕਰਕੇ ਵਰਕਰਸ ਆਫ ਦੀ ਵਰਲਡ ਯੂਨਾਈਟ ਹੋ ਕੇ ਇਸ ਪ੍ਰਬੰਧ ਨੂੰ ਤਬਾਹ ਕਰਨ ਲਈ, ਇਸ ਪ੍ਰਬੰਧ ਨੂੰ ਖਤਮ ਕਰਨ ਲਈ, ਇਹਦੀ ਥਾਂ ਤੇ ਸਮਾਜਵਾਦੀ ਪ੍ਰਬੰਧ ਲਿਆਉਣ ਲਈ ਇਕੱਠੇ ਹੋਣ, ਮਿਲ ਕੇ ਹਮਲਾ ਮਾਰਨ, ਤਾਂ ਕਿ ਸਮਾਜਵਾਦੀ ਪ੍ਰਬੰਧ ਵਿੱਚ ਇਹ ਸਾਰਾ ਗੰਦ ਹੋ ਹੀ ਦਿੱਤਾ ਜਾਏ। ਬਿਲਕੁਲ ਜੀ ਦਤਾਰ ਸਿੰਘ ਜੀ, ਤੁਹਾਡਾ ਪੈਗਾਮ ਅਸੀਂ ਪਹੁੰਚਾਵਾਂਗੇ। ਬਹੁਤ ਬਹੁਤ ਸ਼ੁਕਰੀਆ ਦਤਾਰ ਸਿੰਘ ਜੀ, ਤੁਸੀਂ ਸਾਨੂੰ ਅੱਜ ਜੁਆਇਨ ਕੀਤਾ ਅੱਜ ਦੇਰ ਵਾਸਤੇ, ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਗੇਨ ਕਿ ਤੁਸੀਂ ਸਾਨੂੰ ਮਤਲਬ ਦੱਸਿਆ ਸਾਰਾ ਸਿਚੁਏਸ਼ਨ, ਨਾਲੇ ਤੁਸੀਂ ਆਪਣਾ ਪੈਗਾਮ ਜਿਹੜਾ ਦਿੱਤਾ। ਅਸੀਂ ਕੋਸ਼ਿਸ਼ ਕਰਾਂਗੇ, ਅਸੀਂ ਆਪਣੀ ਵੈਬਸਾਈਟ marxist.com ਉਹਦੇ ਥਰੂ, ਯੂਟਿਊਬ ਚੈਨਲ ਤੇ ਉਹਦਾ ਫੇਸਬੁੱਕ ਤੇ ਹੋਰ ਵੀ ਜਿਹੜਾ ਸੋਸ਼ਲ ਮੀਡੀਆ ਹੈ ਉਹਦੇ ਸਾਰੇ ਥਰੂ ਅਸੀਂ ਸਾਰੇ ਦੁਨੀਆਂ ਦੇ ਜਿਹੜੇ ਮਜ਼ਦੂਰ ਨੇ, ਸਾਰੇ ਦੁਨੀਆਂ ਦੇ ਜਿਹੜੇ ਕਿਸਾਨ ਨੇ, ਸਾਰੇ ਦੁਨੀਆਂ ਦੇ ਜਿਹੜੇ ਸਟੂਡੈਂਟਸ ਨੇ, ਉਹਨਾਂ ਨਾਲ ਉਹਨਾਂ ਕੋਲ ਤੁਹਾਡਾ ਪੈਗਾਮ ਪਹੁੰਚਾਈਏ ਤੇ ਸੋਲੀਡੈਰਿਟੀ ਜਿਹੜੀ ਲੈ ਕੇ ਦਈਏ ਤੁਹਾਨੂੰ, ਤੇ ਇਸ ਜਿਹੜਾ ਪ੍ਰਬੰਧ ਕੈਪੀਟਲਿਜ਼ਮ ਹੈ ਇਹਦੇ ਖਿਲਾਫ ਜਿਹੜੀ ਇਕੱਠੀ ਜਿੱਦੋ ਜਿਹੇ ਜਿਹੜੀ ਹੈ ਉਹ ਅਸੀਂ ਸਾਰੀ ਮਿਲ ਕੇ ਜਾਰੀ ਕਰੀਏ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦਤਾਰ ਸਿੰਘ ਜੀ। ਧੰਨਵਾਦ ਜੀ ਤੁਹਾਡਾ ਪ੍ਰੈਸ ਸਾਹਿਬ, ਬਹੁਤ ਬਹੁਤ ਤੁਸੀਂ ਦੂਜੀ ਵਾਰੀ ਸਾਨੂੰ ਯਾਦ ਕੀਤਾ, ਸਾਨੂੰ ਮੌਕਾ ਦਿੱਤਾ ਗੱਲ ਕਰਨ ਦਾ ਜੀ, ਬਹੁਤ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ।